ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ। ਰਣਜੀਤ ਸਿੱਧੂ ਸ਼ੋਅ ਵਿੱਚ ਇੱਕ ਵਾਰ ਫਿਰ ਆਪ ਸਭ ਨੂੰ ਜੀ ਆਇਆਂ ਨੂੰ। ਇਸ ਸ਼ੋਅ ਦੇ ਵਿੱਚ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਗੱਲਬਾਤ ਕਰਦੇ ਹਾਂ ਪੰਜਾਬ ਤੋਂ ਪ੍ਰਸਿੱਧ ਲੇਖਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਜੀ ਨਾਲ। ਗਿੱਲ ਸਾਹਿਬ ਲੁਧਿਆਣਾ ਸ਼ਹਿਰ ਤੋਂ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ। ਗਿੱਲ ਸਾਹਿਬ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਬਹੁਤ ਸਤਿਕਾਰ ਨਾਲ ਸਾਰੇ ਜੀਆਂ ਨੂੰ, ਭੈਣਾਂ ਭਰਾਵਾਂ ਨੂੰ, ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ ਗਿੱਲ ਸਾਹਿਬ, ਆਪਾਂ ਰੋਜ਼ਾਨਾ ਹੀ, ਕਿਉਂਕਿ ਬਹੁਤ ਵੱਡਾ ਸੰਘਰਸ਼ ਹੈ, ਬਹੁਤ ਵੱਡਾ ਅੰਦੋਲਨ ਹੈ ਇਸ ਸਮੇਂ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਦਿੱਲੀ ਦੇ ਵਿੱਚ ਤੇ ਭਾਰਤ ਦੇ ਹੋਰਨਾਂ ਸੂਬਿਆਂ 'ਚ ਕਿਸਾਨਾਂ ਦਾ ਚੱਲ ਰਿਹਾ ਹੈ ਜੀ, ਤੇ ਰੋਜ਼ਾਨਾ ਆਪਾਂ ਸ਼ੁਰੂਆਤ ਲਗਭਗ ਇਸੇ ਵਿਸ਼ੇ ਤੋਂ ਕਰਦੇ ਹਾਂ। ਸੋ ਕੀ ਖਬਰਾਂ ਆ ਰਹੀਆਂ ਨੇ ਜੀ ਦਿੱਲੀ ਤੋਂ? ਰਣਜੀਤ ਜੀ, ਜਿਹੜੀ ਅਸਲ ਇਸ ਵਕਤ ਅੱਜ ਡਿਵੈਲਪਮੈਂਟ ਹੋਈ ਹੈ ਉਹ ਕੁਝ ਚੰਗੀਆਂ ਨਿਸ਼ਾਨੀਆਂ ਨਹੀਂ ਦੇ ਰਹੀ। ਜਿਸ ਤਰ੍ਹਾਂ ਨਾਲ ਭਾਰਤ ਸਰਕਾਰ ਨੇ ਇਹ ਆਖਿਆ ਕਿ ਅਸੀਂ ਜੋ ਪਰੋਸਣਾ ਸੀ ਤੁਹਾਨੂੰ ਉਹ ਪਰੋਸ ਦਿੱਤਾ, ਲਿਖਤ ਰੂਪ ਵਿੱਚ ਦੱਸ ਚੁੱਕੇ ਹਾਂ, ਅਤੇ ਜੇ ਤੁਸੀਂ ਉਹ ਪ੍ਰਵਾਨ ਕਰਦੇ ਹੋ ਤਾਂ ਸਾਡੇ ਨਾਲ ਗੱਲ ਕਰ ਲਓ, ਜਦੋਂ ਚਿੱਤ ਕਰੇਗਾ ਕਰ ਲਓ, ਅਸੀਂ ਬੂਹੇ ਖੋਲ੍ਹ ਕੇ ਰੱਖੇ ਹੋਏ ਨੇ। ਪਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਕੱਲ ਉਸ ਨੂੰ ਪਹਿਲੇ ਸ਼ਬਦ ਤੋਂ ਲੈ ਕੇ ਆਖਰੀ ਸ਼ਬਦ ਤੱਕ ਰਿਜੈਕਟ ਕਰ ਚੁੱਕੀਆਂ, ਰੱਦ ਕਰ ਚੁੱਕੀਆਂ, ਔਰ ਇਹ ਗੱਲ ਬੜੀ ਐਲਾਨੀਆ ਰੂਪ 'ਚ ਕਹਿ ਚੁੱਕੀਆਂ ਨੇ ਕਿ ਜਿੰਨਾ ਚਿਰ ਤਿੰਨੇ ਬਿੱਲ ਰੱਦ ਨਹੀਂ ਹੁੰਦੇ, ਬਿਜਲੀ ਸੋਧ ਬਿੱਲ ਰੱਦ ਨਹੀਂ ਹੁੰਦਾ, ਔਰ ਪਰਾਲੀ ਨਾਲ ਸੰਬੰਧਿਤ ਬਿੱਲ ਵੀ, ਜਿਹੜਾ ਆਰਡੀਨੈਂਸ ਜਿਹੜਾ ਹੈਗਾ, ਉਹ ਵੀ ਰੱਦ ਨਹੀਂ ਹੁੰਦਾ, ਉਹਨਾਂ ਚਿਰ ਸਾਨੂੰ ਅੰਦੋਲਨ ਕਰਨਾ ਹੀ ਪਵੇਗਾ। ਉਸ ਤੋਂ ਬਿਨਾਂ ਸਾਡਾ ਹੋਰ ਕੋਈ ਰਾਹ ਰਸਤਾ ਨਹੀਂ ਜਿਹੜਾ ਅਸੀਂ ਮੁੜ ਕੇ ਵਾਪਸ ਜਾ ਸਕੀਏ। ਅੱਜ ਪ੍ਰੈਸ ਕਾਨਫਰੰਸ ਕੀਤੀ ਜਦੋਂ ਸਾਰੀਆਂ ਜਥੇਬੰਦੀਆਂ ਦੇ 32 ਜਥੇਬੰਦੀਆਂ ਦੇ ਪ੍ਰਤੀਨਿਧ ਉੱਥੇ ਹਾਜ਼ਰ ਸਨ, ਉਹਨਾਂ 'ਚੋਂ ਇੱਕ ਦੋ ਘੱਟ ਵੀ ਹੋ ਸਕਦਾ। ਉਹਨਾਂ ਨੇ ਆਖਿਆ ਕਿ ਅਸੀਂ 12 ਦਸੰਬਰ ਦੇ ਐਕਸ਼ਨ ਵਾਸਤੇ ਬਿਲਕੁਲ ਤਿਆਰ ਹਾਂ, ਜਿਸ 'ਚ ਸਾਰੇ ਮੁਲਕ ਦੇ ਟੋਲ ਪਲਾਜ਼ੇ ਕੋਲ ਰੋਕੇ ਜਾਣਗੇ, ਔਰ 14 ਤਰੀਕ ਨੂੰ ਸਾਰੇ ਮੁਲਕ ਦੇ ਡਿਪਟੀ ਕਮਿਸ਼ਨਰਾਂ ਦੇ ਜਿਹੜੇ ਦਫ਼ਤਰ ਨੇ ਉਹਨਾਂ ਅੱਗੇ ਧਰਨੇ ਦਿੱਤੇ ਜਾਣਗੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਦਰਾਂ ਤੇ, ਬੂਹੇ ਤੇ, ਦਫ਼ਤਰਾਂ ਤੇ ਅੱਗੇ ਵੀ ਧਰਨੇ ਦਿੱਤੇ ਜਾਣਗੇ, ਔਰ ਇਕਜੁੱਟਤਾ ਬਾਰੇ ਜਿਹੜਾ ਸਵਾਲ ਖੜਾ ਕੀਤਾ ਜਾ ਰਿਹਾ, ਖਾਸ ਕਰਕੇ ਦਿੱਲੀ ਦੇ ਉਸ ਸਰਕਾਰੀ ਤੰਤਰ ਦੇ ਗੁਲਾਮ ਮੀਡੀਆ ਵੱਲੋਂ, ਕਿ ਜਥੇਬੰਦੀਆਂ 'ਚ ਪਾਟੋ ਧੜ ਪੈ ਗਈ, ਫੁੱਟ ਪੈ ਗਈ, ਉਹ ਬੜੇ ਸਪਸ਼ਟ ਰੂਪ 'ਚ ਉਹਨਾਂ ਕੈਟਾਗਰੀਕਲੀ ਅੱਜ ਇੱਕ ਪਾਸੇ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ, ਦੂਸਰੇ ਪਾਸੇ ਬਲਬੀਰ ਸਿੰਘ ਰਾਜੇਵਾਲ ਤੇ ਬੂਟਾ ਸਿੰਘ ਔਰ ਰੁਲਦਾ ਸਿੰਘ ਸਾਰਿਆਂ ਨੇ ਇਹ ਗੱਲ ਬੜੀ ਸਪਸ਼ਟ ਰੂਪ 'ਚ ਆਖੀ ਹੈ ਕਿ ਇਸ ਕਿਸਮ ਦੀਆਂ ਸ਼ਰਾਰਤਾਂ ਜਿਹੜੀਆਂ ਨੇ ਉਹ ਮੀਡੀਆ ਨੂੰ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਸਾਡੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਫੁੱਟ ਨਹੀਂ ਹੈ, ਅਸੀਂ ਸਾਰੇ ਇੱਕਜੁੱਟ ਹਾਂ, ਔਰ ਕਿਉਂਕਿ ਸਾਡਾ ਦੁਸ਼ਮਣ ਇੱਕ ਹੈ, ਸਾਡਾ ਏਜੰਡਾ ਇੱਕ ਹੈ, ਉਸ ਏਜੰਡੇ 'ਤੇ ਅਸੀਂ ਬਿਲਕੁਲ ਪਹਿਰੇਦਾਰੀ ਕਰਨ ਵਾਸਤੇ ਸਾਰੇ ਇੱਕ ਇੱਕ ਹਾਂ। ਬਾਕੀ ਇਹ ਕਹਿਣਾ ਕਿ 13 ਜਥੇਬੰਦੀ ਨੁਮਾਇੰਦੇ ਗਏ, ਬਿਲਕੁਲ ਇਹ ਗੱਲ ਕੋਰਾ ਝੂਠ ਹੈ। ਵਕਤ ਦੀ ਦੀਵਾਰ 'ਤੇ ਲਿਖਿਆ ਹੋਇਆ ਕਿ ਅਸੀਂ 32 ਜਥੇਬੰਦੀਆਂ ਨੇ ਆਪਸ ਫੈਸਲਾ ਕਰਕੇ 13 ਨੁਮਾਇੰਦੇ ਆਪਣੇ ਵਿੱਚ ਚੁਣੇ, ਕਿ ਇਹ 13 ਬੰਦੇ ਜਾ ਕੇ ਗੱਲ ਕਰਨਗੇ। ਅਮਿਤ ਸ਼ਾਹ ਨਾਲ ਮੁਲਾਕਾਤ ਦੇ ਵਿੱਚ 13 ਬੰਦੇ ਜਾਣ ਦਾ ਕਾਰਨ ਇਹ ਨਹੀਂ ਹੈਗਾ ਕਿ 13 ਜਥੇਬੰਦੀਆਂ ਗਈਆਂ, ਸਗੋਂ 13 ਉਹ ਵਿਅਕਤੀ ਗਏ ਜਿਹੜੇ ਗੱਲ ਕਰਨ ਦੇ, ਡਾਇਲਾਗ ਕਰਨ ਦੇ ਲਈ ਅਸੀਂ ਯੋਗ ਸਮਝੇ। ਸੋ ਇਸ ਕਰਕੇ ਇਸ ਗੱਲ ਬਾਰੇ ਪ੍ਰਚਾਰ ਤੰਤਰ ਨੇ ਜਿਸ ਕਿਸਮ ਦਾ ਮਾਹੌਲ ਉਸਾਰਿਆ, ਪਾਟੋ ਧਾੜ ਵਾਲਾ ਮਾਹੌਲ ਬਣਾ ਕੇ ਜਾਂ ਵਿਚਾਰ ਵੇਚ ਕੇ, ਉਹ ਗੱਲ ਕਬੂਤ ਚੰਗੀ ਨਹੀਂ ਹੈ। ਬਾਕੀ ਇੱਕ ਗੱਲ ਜਿਹੜੀ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਜਿਹੜੇ ਧਰਨੇ 'ਤੇ ਆ ਰਹੇ ਕਿਸਾਨ ਨੇ, ਚਾਹੇ ਪੰਜਾਬ ਤੋਂ ਆ ਰਹੇ ਨੇ, ਹਰਿਆਣਾ 'ਚੋਂ ਆ ਰਹੇ, ਰਾਜਸਥਾਨ 'ਚੋਂ ਆ ਰਹੇ ਨੇ, ਯੂਪੀ 'ਚੋਂ ਆ ਰਹੇ ਨੇ, ਥਾਂ ਥਾਂ 'ਤੇ ਉਹਨਾਂ ਦੇ ਰਾਹ ਜਿਹੜੇ ਅੜਿੱਕੇ ਪਾਏ ਜਾ ਰਹੇ ਨੇ, ਉਹ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਆਪਣੇ ਆਪ ਦੇ ਵਿੱਚ ਹੀ ਇੱਕ ਘਟੀਆ ਕਰਮ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਔਰ ਸਰਕਾਰ ਇੱਕ ਪਾਸੇ ਤਾਂ ਗੱਲਬਾਤ ਦੇ ਬੂਹੇ ਖੋਲ੍ਹ ਕੇ ਗੱਲ ਕਰਨ ਲਈ ਸਾਨੂੰ ਆਖਰੀ ਵਾਰ ਵਾਰ ਆਖ ਰਹੀ ਹੈ, ਦੂਜੇ ਬੰਨੇ ਸਾਡੇ ਜਿਹੜੇ ਭਾਈਵੰਦ ਆ ਰਹੇ ਨੇ ਪਿੱਛੋਂ ਟਰਾਲੀਆਂ ਦੇ ਵਿੱਚ, ਉਹਨਾਂ ਨੂੰ ਰੋਕਿਆ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ। ਬਾਕੀ ਇੱਕ ਗੱਲ ਬੜੀ ਵੰਗਾਰ ਕੇ ਆਖੀ ਸਾਡੀ ਜਥੇਬੰਦੀਆਂ ਸਾਰੇ ਆਗੂਆਂ ਨੇ ਅੱਜ ਉੱਥੇ, ਕਿ ਗੱਲਬਾਤ ਜੇ ਤੋੜੀ ਹੈ ਤਾਂ ਸਰਕਾਰ ਨੇ ਤੋੜੀ ਹੈ, ਅਸੀਂ ਨਹੀਂ ਤੋੜੀ। ਪਰ ਜਿਸ ਕਿਸਮ ਦੇ ਸਾਨੂੰ ਲਾਭ ਦੇਣ ਦੀਆਂ ਗੱਲਾਂ ਕਰ ਰਹੇ ਨੇ, ਸਾਨੂੰ ਇਹ ਅਖੌਤੀ ਲਾਭ ਜਿਹਦਾ ਸਾਡੇ ਧਰਤੀ 'ਤੇ ਪਹੁੰਚ ਕੇ ਕੋਈ ਅਸਰ ਨਹੀਂ ਹੈਗਾ, ਸਾਡੇ ਟੱਬਰਾਂ ਤੱਕ ਉਹਦੀ ਜੇ ਰਸਾਈ ਨਹੀਂ ਅੱਪੜਨੀ, ਜਾਂ ਉਸਦਾ ਫਾਇਦਾ ਕੋਈ ਨਹੀਂ ਹੋਣਾ, ਅਤੇ ਅਸੀਂ ਇਹੋ ਜਿਹੇ ਲਾਭ ਤੋਂ ਬਾਜ ਆਏ। ਬਾਕੀ ਜੇ ਜ਼ਬਰਦਸਤੀ ਕਾਨੂੰਨ ਲਾਗੂ ਕਰਨਾ ਚਾਹੁੰਗੇ ਤਾਂ ਉਹ ਗੱਲ ਤਾਂ ਹੋਣੀ ਨਹੀਂ, ਕਿਉਂਕਿ ਅਸੀਂ ਇਸ ਨੂੰ ਇੱਕ ਵਾਢਿਓਂ ਰਿਜੈਕਟ ਕਰ ਚੁੱਕੇ, ਰੱਦ ਕਰ ਚੁੱਕੇ ਹਾਂ। ਬਾਕੀ 32 ਜਥੇਬੰਦੀਆਂ ਨੇ ਅਜੇ ਵੀ ਫੈਸਲਾ ਕੀਤਾ ਕਿ ਅਸੀਂ
ਦੇਸ਼ 'ਚ ਰੇਲ ਚੱਕਾ ਵੀ ਜਾਮ ਕਰਨ ਦਾ ਫੈਸਲਾ ਕਰਾਂਗੇ, ਪਰ ਉਹ ਤਾਂ ਫਾਈਨਲ ਕਰਾਂਗੇ ਜੇ ਸੰਯੁਕਤ ਮੋਰਚਾ ਉਸ ਨੂੰ ਪ੍ਰਵਾਨਗੀ ਦੇਵੇਗਾ। ਉਹਦੀ ਕੱਲ੍ਹ ਨੂੰ ਮੀਟਿੰਗ ਹੈ ਔਰ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਪ੍ਰਪੋਜ਼ਲ ਆਪਣੀ ਪੰਜਾਬ ਵੱਲੋਂ ਅਸੀਂ ਦੇਵਾਂਗੇ ਉਹਨਾਂ ਨੂੰ, ਜੇ ਹਮੀ ਭਰਨਗੇ ਤਾਂ ਅਸੀਂ ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਬਾਕੀ ਸਾਨੂੰ ਗਵਰਨਮੈਂਟ ਤੋਂ ਹੋਰ ਕਿਸੇ ਕਿਸਮ ਦਾ ਡਾਇਲੋਗ ਨਹੀਂ ਚਾਹੀਦਾ, ਸਾਨੂੰ ਇਹੀ ਚਾਹੀਦਾ ਹਾਂ ਜਾਂ ਨਾ। ਔਰ ਉਸ ਹਾਂ ਦੇ ਨਾਂ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਆਖੀ ਹੈ ਕਿ ਤਿੰਨ ਕੁਝ ਚੀਜ਼ਾਂ ਜਿਹੜੀਆਂ ਅਸੀਂ ਸਪਸ਼ਟ ਕਹਿ ਚੁੱਕੇ ਹਾਂ, ਤਿੰਨੇ ਖੇਤੀ ਬਿੱਲ ਰੱਦ, ਬਿਜਲੀ ਸੋਧ ਬਿੱਲ ਰੱਦ, ਇਸੇ ਤਰ੍ਹਾਂ ਨਾਲ ਹੀ ਪਰਾਲੀ ਵਾਲਾ ਆਰਡੀਨੈਂਸ ਜਿਸ 'ਚ 1 ਕਰੋੜ ਰੁਪਏ ਜੁਰਮਾਨਾ ਔਰ ਲਗਭਗ 5 ਸਾਲ ਦੀ ਕੈਦ, ਉਸ ਆਰਡੀਨੈਂਸ ਦਾ ਵੀ ਵਾਪਸੀ। ਇਸੇ ਤਰ੍ਹਾਂ ਹੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਹੈ ਫਸਲ ਦੀ, ਉਹ ਪੂਰੀ ਉਪਜ ਦੀ ਲਾਜ਼ਮੀ ਖਰੀਦ ਯਕੀਨੀ ਬਣਾਉਣ ਦਾ ਵਿਧਾਨਕ ਪ੍ਰਬੰਧ ਕੀਤਾ ਜਾਵੇ, ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਇਸ ਗੱਲ ਦਾ ਸਾਹ ਸਾਥਹੀਣ ਜਿਹੜੇ ਹੋਏ ਬੈਠੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾ ਸਕੀਏ ਕਿ ਤੁਹਾਡੀ ਉਪਜ ਜਿਹੜੀ ਰੁੜੇਗੀ ਨਹੀਂ ਮੰਡੀਆਂ ਦੇ ਵਿੱਚ। ਸੋ ਇਹ ਗੱਲਾਂ ਸਾਰੀਆਂ। ਦੂਜੇ ਬੰਨੇ ਸਰਕਾਰੀ ਤੰਤਰ ਦਾ ਅੱਜ ਜਿਹੜਾ ਖੇਤੀਬਾੜੀ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਗੱਲ ਆਖੀ ਹੈ ਕਿ ਕਿਸਾਨ ਵੀਰਾਂ ਨੂੰ ਅੰਦੋਲਨ ਵਾਪਸ ਲੈਣਾ ਚਾਹੀਦਾ ਔਰ ਜੋ ਕੁਝ ਅਸੀਂ ਆਫਰ ਕਰਨਾ ਸੀ ਉਹਨਾਂ ਨੂੰ ਉਹ ਆਫਰ ਕਰ ਚੁੱਕੇ ਹਾਂ, ਉਹਨਾਂ ਨੂੰ ਪਰੋਸ ਚੁੱਕੇ ਹਾਂ, ਉਹ ਆਪ ਜਿੱਤੀ ਚ ਪਏ ਹੋਏ ਨੇ, ਬਹੁਤੇ ਬੰਦੇ ਹੋਣ ਕਰਕੇ ਫੈਸਲਾ ਪਹੁੰਚਣ ਦੀ ਕਰਨ ਦੀ ਸਥਿਤੀ ਚ ਨਹੀਂ ਹੈਗੇ, ਇਸ ਕਰਕੇ ਉਹਨਾਂ ਦਾ ਜਿਹੜਾ ਫੈਸਲਾ ਕੋਣ ਮੋੜ ਤੇ ਨਾ ਪਹੁੰਚਣਾ ਜਿਹੜਾ ਉਹ ਸਾਰੇ ਇਸ ਵਕਤ ਡੈਡਲਾਕ ਦਾ ਕਾਰਨ ਮੰਨਦੇ ਨੇ ਉਹ। ਬਾਕੀ ਅੱਜ ਨਰਿੰਦਰ ਮੋਦੀ ਹੋਰਾਂ ਨੇ ਵੀ ਇਹ ਗੱਲ ਆਖੀ ਹੈ, ਪ੍ਰਧਾਨ ਮੰਤਰੀ ਜੀ ਨੇ ਵੀ, ਕਿ ਜੀ ਹਰ ਮਸਲੇ ਦਾ ਹੱਲ ਹੀ ਗੱਲਬਾਤ ਹੈ, ਟੇਬਲ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੁੰਦੀ ਜਿੱਥੇ ਤੁਸੀਂ ਜਾ ਕੇ ਅਸੀਂ ਫੈਸਲਿਆਂ ਤੇ ਪਹੁੰਚ ਸਕੀਏ। ਸੋ ਇਹੀ ਗੱਲ ਨਰਿੰਦਰ ਤੋਮਰ ਨੇ ਆਖੀ ਹੈ, ਇਹੀ ਗੱਲ ਪਿਊਸ਼ ਗੋਇਲ ਨੇ ਆਖੀ ਹੈ, ਤੇ ਇਹੀ ਗੱਲ ਅਮਿਤ ਸ਼ਾਹ ਨੇ ਕੱਲ੍ਹ ਪਰਸੋਂ ਆਖੀ ਸੀ ਰਾਤ ਨੂੰ ਜਦੋਂ ਮੀਟਿੰਗ ਹੋਈ ਇਹਨਾਂ ਦੀ ਆਪਸ ਦੇ ਵਿੱਚ। ਇਹ ਆਮ ਬੰਦਾ ਵੀ ਇਹੀ ਗੱਲ ਕਹਿੰਦਾ ਕਿ ਗੱਲਬਾਤ ਦਾ ਨਿਪਟਾਰਾ ਜਦੋਂ ਕਦੇ ਈਵਨ ਵਿਸ਼ਵ ਜੰਗਾਂ ਦਾ ਵੀ ਜਿਹੜਾ ਨਿਪਟਾਰਾ ਹੋਇਆ ਉਹ ਵੀ ਟੇਬਲ ਤੇ ਬਹਿ ਕੇ ਹੋਇਆ, ਔਰ ਇਹ ਜਿਹੜਾ ਇੱਕ ਖਾਸ ਕਿਸਮ ਦਾ ਟਕਰਾਓ ਬਣਿਆ ਹੋਇਆ ਉਸ ਤੋਂ ਨਿਕਲਣ ਵਾਸਤੇ ਜਿਹੜਾ ਉਹਨਾਂ ਨੂੰ ਸਰਕਾਰ ਤਾਂ ਕਹਿੰਦੀ ਹੈ ਕਿ ਅੜੀਵਾਲਾ ਵਤੀਰਾ, ਉਧਰੋਂ ਨੱਕ ਦਾ ਸਵਾਲ ਬਣਾਈ ਬੈਠੀ ਹੈ ਕੇਂਦਰ ਸਰਕਾਰ, ਦੂਜੇ ਬੰਨੇ ਨੱਕ ਦਾ ਸਵਾਲ ਬਣਾਈ ਬੈਠਾ ਹੈ ਸਾਡਾ ਕਿਸਾਨ ਭਾਈਚਾਰਾ, ਔਰ ਦੋਹਾਂ ਦੇ ਨੱਕ ਦਾ ਮਸਲਾ ਨਹੀਂ ਹੈਗਾ ਇਸ ਵਕਤ, ਇੱਕ ਪਾਸੇ ਤਾਂ ਜਿਉਣ ਮਰਨ ਦੀ ਲੜਾਈ ਹੈ, ਦੂਜੇ ਪਾਸੇ ਸਰਕਾਰ ਵਾਸਤੇ ਕੁਛ ਇੱਕ ਵਪਾਰਕ ਅਦਾਰਿਆਂ ਦੇ ਹਿੱਤਾਂ ਨੂੰ ਪਾਲਣ ਦੀ ਇੱਕ ਖਾਸ ਕਿਸਮ ਦੀ ਕਮਿਟਮੈਂਟ ਦੀ ਭਰਪਾਈ ਹੈ। ਸੋ ਇਹ ਗੱਲ ਵਿਚਕਾਰਲਾ ਰਾਹ ਕੀ ਨਿਕਲਦਾ ਇਹਦੇ ਬਾਰੇ ਜੀ ਕੁਛ ਨਹੀਂ ਕਹਿ ਸਕਦੇ। ਇਹ ਗੱਲ ਵੀ ਕਿਸਾਨ ਵੀਰਾਂ ਨੇ ਆਖੀ ਕਿ ਸਾਡੇ ਖੇਤੀ ਮਾਡਲ ਨੂੰ ਤਬਦੀਲ ਕਰਨ ਵਾਲੇ ਕਾਰਪੋਰੇਟ ਘਰਾਣੇ ਕੌਣ ਹੁੰਦੇ ਆ। ਬਲਬੀਰ ਸਿੰਘ ਰਾਜੇਵਾਲ ਨੇ ਬੜੀ ਅੰਡਰਲਾਈਨ ਕਰਕੇ ਗੱਲ ਕਹੀ, ਐਨ ਥੱਲੇ ਲਕੀਰ ਲਾ ਕੇ ਗੂੜੇ ਅੱਖਰਾਂ ਦੇ ਵਿੱਚ ਕਿ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਜਿਹੜੇ ਖੇਤੀ ਮਾਡਲ ਨੂੰ ਤਬਦੀਲ ਕਰਨ ਦਾ ਕੋਈ ਹੱਕ ਨਹੀਂ ਹੈਗਾ, ਕਿਉਂਕਿ ਇਹ ਜਿਹੜੇ ਜਿੰਨੀ ਵਾਰ ਵੀ ਕਾਰਪੋਰੇਟ ਘਰਾਣਿਆਂ ਨੇ ਜਿੱਥੇ ਕਿਤੇ ਵੀ ਆਪਣਾ ਦਖਲ ਅੰਦਾਜ਼ੀ ਵਧਾਈ ਹੈ ਉੱਥੇ ਉੱਥੇ ਲੋਕਾਂ ਦਾ ਜਿਹੜਾ ਸਮਾਜਿਕ ਸੱਭਿਆਚਾਰਕ ਤੇ ਆਰਥਿਕ ਜਿਹੜਾ ਨੁਕਸਾਨ ਹੈ ਬਹੁਤ ਹੀ ਜ਼ਿਆਦਾ ਹੋਇਆ, ਕਿਉਂਕਿ ਉਹਨਾਂ ਦਾ ਆਧਾਰ ਮੁਨਾਫਾ ਹੈ, ਸਾਡਾ ਆਧਾਰ ਜੀਵਨ ਨਿਰਵਾਹ ਹੈ ਔਰ ਜੀਵਨ ਜਾਚ ਹੈ। ਸੋ ਜਿੰਨਾ ਚਿਰ ਇਹ ਤਿੰਨੇ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਟਿਕ ਕੇ ਨਹੀਂ ਬੈਠਾਂਗੇ, ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਔਰ ਅੱਜ ਤਾਂ ਸਿਰਫ ਇੰਨਾ ਲੱਗ ਰਿਹਾ ਨਾ ਕਿ ਉੱਤਰੀ ਭਾਰਤ ਇਸ 'ਚ ਜ਼ਿਆਦਾ ਪਾਰਟਿਸਪੇਟ ਕਰ ਰਿਹਾ, ਉਹ ਦਿਨ ਵੀ ਆਉਣ ਵਾਲਾ ਹੈ ਕਿ ਜਿਹੜਾ ਸਾਡਾ ਪੂਰਾ ਮੁਲਕ ਹੈ ਉਹਦਾ ਚੱਪਾ ਚੱਪਾ ਆਪਣੀ ਜ਼ਮੀਨ ਦੀ ਰਾਖੀ ਵਾਸਤੇ ਕਾਰਪੋਰੇਟ ਘਰਾਣਿਆਂ ਦੀ ਚੁੰਗਲ ਤੋਂ ਬਚਣ ਵਾਸਤੇ ਕੋਸ਼ਿਸ਼ ਕਰੇਗਾ, ਔਰ ਉਸ ਹਨੇਰੀ ਨੂੰ ਠੱਲਣਾ ਕਈ ਵਾਰ ਔਖਾ ਵੀ ਹੋ ਜਾਂਦਾ, ਜਿੰਨਾ ਮਰਜ਼ੀ ਅਸੀਂ ਆਖੀਏ ਕਿ ਨਜਿੱਠਿਆ ਜਾ ਸਕਦਾ, ਐਡਾ ਸੌਖਾ ਨਹੀਂ ਹੁੰਦਾ। ਲੋਕ ਆਮਾ ਰਾਏ ਆਮਾ ਦਾ ਇਹਨਾਂ ਹਨਨ ਜਿਹੜਾ ਹੈਗਾ ਉਹ ਕਰਨਾ ਕਿਸੇ ਤਰ੍ਹਾਂ ਨਾਲ ਫਾਇਦੇਮੰਦ ਨਹੀਂ ਹੁੰਦਾ। ਇੱਕ ਗੱਲ ਹੋਰ ਜਿਹੜੀ ਉੱਭਰ ਕੇ ਹਰਿਆਣਾ ਚੋਂ ਆ ਰਹੀ ਹੈ, ਅੱਜ ਬਹੁਤ ਕੁਝ ਚੰਗੇ ਵਿਦਵਾਨਾਂ ਨਾਲ ਮੇਰਾ ਸੰਪਰਕ ਹੋਇਆ ਹਰਿਆਣਾ ਦੇ ਵਿੱਚ, ਉਹਨਾਂ ਨੇ ਗੱਲ ਦੱਸੀ ਹੈ ਕਿ ਜੀ ਜਿਹੜੀਆਂ ਖਾਪ ਪੰਚਾਇਤਾਂ ਨੇ ਉੱਥੋਂ ਦੀਆਂ, ਉਹ ਜਿੰਨੇ ਵੀ MLAs ਨੇ ਖਾਸ ਕਰਕੇ ਨਾਮ ਜਨਤਾ ਭਾਰਤੀ ਜਨਤਾ ਪਾਰਟੀ ਦੇ ਭਾਵ JJP ਦੇ ਔਰ ਕੁਛ BJP ਦੇ ਵੀ, ਉਹਨਾਂ ਨੂੰ ਕਨਵਿੰਸ ਕਰ ਰਹੇ ਨੇ ਕਿ ਉਹ ਜੋ ਕੁਛ ਮਨੋਹਰ ਲਾਲ ਖੱਟਰ ਸਰਕਾਰ ਨੇ ਕੀਤਾ ਉਹਦੇ ਵਿਰੋਧ ਵਿੱਚ ਆਪਣੀ ਰਜਿਸਟਰ ਕਰਵਾਉਣ ਰਾਏ, ਔਰ ਜੇ ਸੰਭਵ ਹੋਵੇ ਤਾਂ ਉਸ ਤੋਂ ਸਪੋਰਟ ਵੀ ਵਿਦਰਾ ਕਰਨ, ਤਾਂ ਕਿ ਮਨੋਹਰ ਲਾਲ ਖੱਟਰ ਨੂੰ ਪਤਾ ਲੱਗ ਜਾਵੇ ਕਿ ਧਰਤੀ ਦੇ ਲੋਕਾਂ ਨਾਲ ਧੱਕਾ ਕਿਵੇਂ ਕਰੀਦਾ। ਹੁਣ ਇਹ ਗੱਲ ਕਿੱਥੋਂ ਤੱਕ ਪਹੁੰਚਦੀ ਹੈ
और खाप पंचायतों ने यह भी पता लग गया कि अपना मनसूबा तैयार कर लिया है कि जेकर साढ़े ये विधायक खास करके जेजेपी वाले ये साढ़े आखे नहीं लगते तो असं फिर अपना जो समाजिक दबाव आ होर बढ़ाने की कोशिश करा। और तुम जानते ही हो कि पूरे मुल्क के सिर्फ हरियाणा एक ऐसा सूबा है जिसे खाप पंचायतों की बहुत वो शक्ति है, भाईचारे दापा जी बहुत वो शक्ति मनी जाती है। जे कि इस तरह तुर पिया तो वह दिन दूर नहीं जदों हरियाणा के भारतीय जनता पार्टी से जेजेपी की जी जायंट गवर्नमेंट है वो अपनी ताकत तो लांबे होने दे रहा तुर पवे। जी गिल साहब, जिन्ने दिन भी हो गए ने इस अंदोलन नू, इस संघर्ष नू चलदिआं नू, भावें ओह पंजाब दे विच होवे, चाहे हुण ओह पिछले 15 दिन तो कह लो दिल्ली दे विच होवे जी, जिहड़ियां पोलिटिकल पार्टियां ने, भावें कि ओह कांग्रेस कह लिए, अकाली दल बादल कह लिए, जां आप कह लिए, जां होर जिहड़ियां छोटियां पोलिटिकल पार्टियां ने पंजाब दे विच, उन्हां तों अलावा जिहड़े ने जी इस समें जिहड़ी जनता है वो किसान जथेबंधियां दे आगुआं दी, भावें राज्यपाल साहब ने जां होर आगू ने, उन्हां दी गलबात ज्यादा सुन रहियां ने। की आउण वाले दिनां च राजनीतिक समीकरण भी तब्दील हो सकदे ने पंजाब दे? वेखो एक गल तो कदे ना विसारीए कि जिस किस्म का पंजाब दे पोलिटिकल लीडरशिप ने नहीं पूरे मुल्क दी पोलिटिकल लीडरशिप ने जिस तरह नाल मार्जिनलाइज किया खास करके फार्मिंग सैक्टर नूं खेती अर्थचारे नूं जिस तरह नाल इन्हां ने वरत्या ते इस दे हर नुकसान वेले इन्हां ने अखां बंद ते कन्न बंद करके रखे ने जी उहदा एक खमियाजा भुगतना ही पैणा सी। ट्रेडिशनल पोलिटिकल पार्टीज नूं अपनियां जित्तण दीआं जिहड़ियां तरकीबां ने उहनां नूं पूरियां करन विच मुसीबत आवेगी। ये बड़ा स्पष्ट है और मैं मेरा ख्याल है कि पिछले 20 साल तो एक लगातार जिते कितने भी कोई चार सियासतदान बैठे होंगे सी दसो जी पंजाब का की बनेगा, मैं कहा पंजाब का तो जो बनना है वो वक्त की बुकल च है पर तुहाडा की बनेगा तुहानू मैं दस देना कि वो दिन दूर नहीं जो लोगों मंजे से बैठे उठा देना भी भाई साहब संति नूं पुछ के बैठे हो तुसीं जिन्ने मर्जी विधायक बने फिर जिनी मर्जी तुहानू 5-5 लाख पेंशन मिलती होवे जिन्नी मर्जी तनखाह ले जाओ जिन्ने मर्जी हूटर बजाई जाओ वो दिन बहुत नेड़े आने वाला है कि लोगों ने गुटों फड़ के कहना कि भाई साहब तुहानू सद्या तो है नहीं सी तुसीं साडे विआह ते किवें आ गए शगन देण वास्ते। और वह दिन लगभग आ गए हैं, लगभग मैं लफ्ज़ तां वरत रहा कि कुछ एक लोग जिहड़े अज पोलीटिकल सिस्टम के अपने आप को उस गंदगी तो बचा के रखे जिन्हां लोक हित का माड़ा मोटा किसी ना किसी हमी भरी हुई है उन्हां नू लोग बख्श रहे हैं बाकी लोगों नू जरदे ही नहीं और इसे करके मार्जिनलाइज हुए हैं कि किसान हितों के वास्ते उन्होंने अपने आप को कदे गंभीर किया ही नहीं। जे किया होंदा तां ये सारा स्यापा पैना ही नहीं सी। वो कदे ना भुल्यो गल के जून दे विच आर्डिनेंस आउंदा है उसे आर्डिनेंस ने अगों जिवें आपां गल पहले भी 3 वारी कर चुके हैं कि उसे आर्डिनेंस ने बाद च बिल बनना सी और तिन्ही आर्डिनेंस जिहड़े ने बिल जदों बने ने ते उदों असीं सिरहाणे बाह कढ़ीए उदों उठ के बैठे हैं ते पहलां भाई साहब किथे सन सारे इकोनॉमिस्ट भी रौला पाते रहे अखबारों भी छपता रहा टीवी चैनल से डिस्कशन होती रही बलबीर सिंह राजेवाल कले कले सियासतदान आप जाके घर जाके उन्होंने कोल जाके उन्होंने समझा रहा वो रब का वास्ता जो लोग पट्टे जाएंगे मारे जाएंगे वो फिर बचा लो इन्हों ना विरोधी पार्टी ने सुनी तो ना राजकारण की पार्टी ने सुनी जे नहीं सुनी तो यह दिन तो आना ही आना सी इस तरह का हालात बनना ही बनना सी कि जिस लोग उन्होंने इस तरह वादू समान वांग एक पासे करके रख देंगे मार्जिनलाइज कर देंगे जिवें बूर नहीं छप्पड़ता एक पासे हवा नाल हो जाता कट्ठन कट्ठा वो हाल होया पाया कि जिहड़ी ट्रेडिशनल पोलीटिकल पार्टीज की जिन्नी लीडरशिप है वो इस वक्त बिल्कुल एक जे कह मैं कहां कि मार्जिनलाइज हो गई है बिल्कुल एक नुक्कर दे कहनी जे कह रहे हो एक पासे कर दी लोगों ने तो वो कोई अतकथनी नहीं। हाँ पोलीटिकल पार्टियां का काडर जोड़ा वो भी उन्हें थलों खिसक रहा और जी थलों दरी खिसकी जदों उदों सियासतदान पता लगता कि मैं बड़ी वीडी खुनामी कर चुके हैं गुनाह कर चुके हैं इसे करके वो कैमोफलाज करके कई बंदे वक् धरने जाते होंगे रहे हैं पर हूँ बड़ा ही स्पष्ट है जिमें कुलवीर सिंह राजेवाल ने भी कही गल बूटा सिंह ने भी गल कही जगमोहन सिंह ने भी कही इतों तक बलबीर सिंह ने भी कही ये तो रब भला करे अपने जोड़े है ने बलदेव सिंह सिरसे ने भी कही कि असी किसी सियासतदान को अपनी स्टेज के उत्ते एक सैकंडली भी खड़ा नहीं होने देना बोलना एक पासे रहा। सो ये इतों तक नौबत आ जानी ये एक रवायती पार्टियां भी सोचना पैना समझना पैना कि ये दिन किवें आया। मैं किसी वेले लिखा सी कि तू भी तो मशगूले किए हथ बन अर्ज गुजारद
ਰਾਤੋ ਰਾਤ ਨਹੀਂ ਇਹ ਪਹੁੰਚੇ ਧਰਤੀ ਤੋਂ ਤਰਲਿਆਂ ਤੋਂ ਹਥਿਆਰਾਂ ਤੇ। ਜਦੋਂ ਲੋਕ ਤਰਲਿਆਂ ਤੋਂ ਹਥਿਆਰਾਂ ਤੇ ਅੱਪੜਦੇ ਨੇ ਤਾਂ ਉਹਦੇ ਵਿੱਚ ਜਿਹੜੀ ਗੁਨਾਹਗਾਰਾਂ ਦੀ ਇੱਕ ਜ਼ਿੰਮੇਵਾਰੀ ਜਿਹੜੀ ਉਹਨਾਂ ਨਹੀਂ ਨਿਭਾਈ ਹੁੰਦੀ ਵੱਖ ਵੱਖ ਸਮੇਂ ਤੇ, ਜਦੋਂ ਬਾਅਦ 'ਚ ਗੁਨਾਹਗਾਰ ਦੇ ਰੂਪ ਦੇ ਵਿੱਚ ਲੋਕ ਉਹਨਾਂ ਨੂੰ ਗ੍ਰਿਲ ਕਰਦੇ ਨੇ, ਉਹਨਾਂ ਦੇ ਤੀਰਅੰਦਾਜ਼ੀ ਕਰਦੇ ਨੇ, ਤਾਂ ਉਹਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਨਾਲ ਕਿਉਂ ਹੋ ਰਿਹਾ। ਪਰ ਉਹ ਇਸ ਕਰਕੇ ਰਿਹਾ ਹੁੰਦਾ ਕਿ ਉਹਨੇ ਬੇੜੇ ਸਿਰ ਉਹਨਾਂ ਨੇ ਪਹਿਰੇਦਾਰੀ ਨਹੀਂ ਕੀਤੀ ਹੁੰਦੀ। ਇਸ ਕਰਕੇ ਅੱਜ ਇਹ ਤੁਹਾਡਾ ਬਿਲਕੁਲ ਖਦਸ਼ਾ 100% ਵਾਜਬ ਹੈ ਕਿ ਰਵਾਇਤੀ ਪਾਰਟੀਆਂ ਨੂੰ 2022 ਦੀਆਂ ਚੋਣਾਂ 'ਚ ਲੈਣੇ ਦੀ ਦੇਣੇ ਪੈ ਸਕਦੇ ਆ। ਜੀ ਗਿੱਲ ਸਾਹਿਬ, ਅੰਨਾ ਹਜ਼ਾਰੇ ਜਾਣੇ ਜਾਂਦੇ ਨੇ ਜੀ ਆਪਣੇ ਅੰਦੋਲਨਾਂ ਕਰਕੇ, ਖਾਸ ਤੌਰ ਤੇ ਜਦੋਂ ਕਾਂਗਰਸ ਸਰਕਾਰ ਸੀ, ਮਨਮੋਹਨ ਸਿੰਘ ਸਰਕਾਰ ਸੀ, ਤੇ ਵੱਡੇ ਪੱਧਰ ਤੇ ਉਹਨਾਂ ਨੇ ਦਿੱਲੀ ਵਿੱਚ ਆ ਕੇ ਜਿਹੜੇ ਸੀ ਉਹ ਰੋਸ ਵਿਖਾਵੇ ਕੀਤੇ, ਜਿਸ ਦਾ ਕਾਫੀ ਅਸਰ ਜਨਤਾ ਤੇ ਵੇਖਣ ਨੂੰ ਵੀ ਮਿਲਿਆ। ਹੁਣ ਉਹਨਾਂ ਵੱਲੋਂ ਇੱਕ ਸਟੇਟਮੈਂਟ ਆਈ ਹੈ ਜੀ, ਉਹਦੇ ਬਾਰੇ ਜਾਣਨਾ ਚਾਹਾਂਗੇ। ਜਦੋਂ ਲੋਕਪਾਲ ਬਿੱਲ ਵਾਸਤੇ ਅੰਦੋਲਨ ਚੱਲਿਆ ਅੰਨਾ ਹਜ਼ਾਰੇ ਦੀ ਅਗਵਾਈ ਥੱਲੇ, ਤਾਂ ਪਹਿਲਾਂ ਥੋੜੇ ਬੰਦੇ ਸਨ, ਬਹੁਤ ਥੋੜੇ ਬੰਦੇ ਸਨ। ਫਿਰ ਹੌਲੀ ਹੌਲੀ ਤੁਰਦੇ ਤੁਰਦੇ ਅਰਵਿੰਦ ਕੇਜਰੀਵਾਲ ਆ ਗਏ, ਕਿਰਨ ਬੇਦੀ ਆ ਗਈ, ਪ੍ਰਸ਼ਾਂਤ ਭੂਸ਼ਣ ਆ ਗਿਆ, ਯੋਗਿੰਦਰ ਯਾਦਵ ਆ ਗਿਆ, ਕਿੰਨੇ ਲੋਕ ਹੋਰ ਆਏ, ਕੁਮਾਰ ਵਿਸ਼ਵਾਸ ਆ ਗਿਆ। ਅਲਟੀਮੇਟਲੀ ਉਹਦੇ ਚੋਂ ਜਦੋਂ ਪਤਾ ਲੱਗਿਆ ਕਿ ਇਹਦੀ ਤਾਂ ਪਿੱਠ ਤੇ ਕਿਹੜੀ ਕਿਹੜੀ ਪੋਲੀਟੀਕਲ ਪਾਰਟੀ ਹੈ, ਈਵਨ ਕੁਛ ਹੱਦ ਤੱਕ ਜਿਹੜਾ ਉਹ ਹੁੰਦਾ ਸੀ ਆਪਣਾ ਯੋਗਾ ਵਾਲਾ ਰਾਮਦੇਵ, ਉਹ ਵੀ ਵਿੱਚ ਹਾਜ਼ਰੀ ਲਵਾਉਂਦਾ ਰਿਹਾ। ਉਦੋਂ ਇਹਨਾਂ ਨੇ ਵੀ ਲੋਕਪਾਲ ਬਿੱਲ ਵੇਲੇ ਵੀ ਆਖਿਆ ਸੀ ਕਿ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਦੇ ਆਗੂ ਕਿਸੇ ਨੂੰ ਅਸੀਂ ਨੇੜੇ ਨਹੀਂ ਬਹਿਣ ਦੇਣਾ, ਢੁਕਣ ਦੇਣਾ। ਔਰ ਇਹ ਸਾਰੇ ਲੋਕ ਕੋਈ ਬਿਊਰੋਕ੍ਰੇਸੀ ਜੋ ਕੋਈ ਕਿਤੋਂ ਕੋਈ ਰਿਟਾਇਰੀ ਕੋਈ ਕੁਛ ਕੋਈ ਕੁਛ, ਇਹ ਸਾਰੇ ਲੋਕ ਉੱਥੇ ਜਾਂਦੇ ਆਉਂਦੇ ਰਹੇ ਯੰਤਰ ਮੰਤਰ ਦੇ। ਉਹਦੇ ਵਿੱਚੋਂ ਹੀ ਪੋਲੀਟੀਕਲ ਪਾਰਟੀ ਬਾਅਦ 'ਚ ਉਸਰ ਕੇ ਜਿਹੜੀ ਆਈ, ਜਦੋਂ ਅਰਵਿੰਦ ਕੇਜਰੀਵਾਲ ਨੇ ਪੋਲੀਟੀਕਲ ਵੇਲ ਪਾਲਣ ਵਾਸਤੇ ਆਮ ਆਦਮੀ ਪਾਰਟੀ ਬਣਾਈ, ਤੇ ਦੂਸਰੇ ਬੰਨੇ ਭਾਰਤੀ ਜਨਤਾ ਪਾਰਟੀ ਨੇ ਕਿਰਨ ਬੇਦੀ ਨੂੰ ਸ਼ਿੰਗਾਰ ਲਿਆ ਔਰ ਸਾਰੀਆਂ ਸੀਟਾਂ ਅਰਵਿੰਦ ਕੇਜਰੀਵਾਲ ਜਿੱਤ ਗਿਆ। ਉਹਨੂੰ ਗਵਰਨਰ ਬਣਾ ਕੇ ਭਾਵੇਂ ਉਹਨਾਂ ਨੇ ਪੋਲੀਟੀਕਲੀ ਸੈਟਲ ਤਾਂ ਕਰ ਲਿਆ, ਪਰ ਕੁੱਲ ਮਿਲਾ ਕੇ ਇਸ ਲਹਿਰ ਨੇ, ਖਾਸ ਕਰ ਲੋਕਪਾਲ ਅੰਦੋਲਨ ਨੇ, ਇੱਕ ਨਵਾਂ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਆਲਟਰਨੇਟਿਵ ਜਿਹੜੇ ਪੋਲੀਟੀਕਲ ਸਿਸਟਮਸ ਨੇ ਉਹ ਵੀ ਵਿਕਸਿਤ ਹੋ ਸਕਦੇ ਨੇ। ਹੁਣ ਜਦੋਂ ਫਿਰ ਕਿਸਾਨ ਮੋਰਚੇ ਦੇ ਸਿਲਸਿਲੇ ਦੇ ਵਿੱਚ ਅੰਨਾ ਹਜ਼ਾਰੇ ਹੋਰਾਂ ਨੇ ਪਹਿਲਾਂ ਤਾਂ 8 ਤਰੀਕ ਨੂੰ ਜਿਸ ਦਿਨ ਭਾਰਤ ਬੰਦ ਸੀ ਉਸ ਦਿਨ ਆਪਣੇ ਉੱਥੇ ਸਿੱਧੀ ਜਿੱਥੇ ਉਹਨਾਂ ਦਾ ਆਪਣਾ ਟਿਕਾਣਾ ਹੈ, ਪਿੰਡ ਹੈ ਜਿੱਥੇ, ਉਹਨਾਂ ਨੇ ਉੱਥੇ ਭੁੱਖ ਹੜਤਾਲ ਰੱਖੀ, ਸਾਰੇ ਪਿੰਡ ਨੂੰ ਮੋਬਿਲਾਈਜ਼ ਕੀਤਾ ਔਰ ਹੁਣ ਉਹਨਾਂ ਨੇ ਕਿਹਾ ਕਿ ਮੈਂ ਜਨ ਅੰਦੋਲਨ ਕਰਾਂਗਾ ਜੇਕਰ ਭਾਰਤ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ। ਇਹ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਇੱਕ ਸਮਝ ਲਓ ਕਿ ਸਵਾਲ ਹੈ ਕਿ 90-92 ਸਾਲ ਦਾ ਬਜ਼ੁਰਗ ਆਗੂ ਫਿਰ ਉਵੇਂ ਧੀਰ ਕਮਾਨ ਚੁੱਕੇ ਤੇ ਆਖੇ ਕਿ ਮੈਂ ਵਕਤ ਨੂੰ ਫਿਰ ਜਵਾਬ ਦੇ ਆ ਔਰ ਇਸ ਵਕਤ ਕੇਂਦਰ ਸਰਕਾਰ ਜਿਹੜੀ ਉਹਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ, ਮੰਨਣੀ ਚਾਹੀਦੀ ਹੈ। ਉਹਨੇ ਇਹ ਵੀ ਨਾਲ ਅਪੀਲ ਕੀਤੀ ਹੈ ਖਾਸ ਕਰਕੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿ ਦਿੱਲੀ ਤੁਸੀਂ ਘੇਰੀ ਜ਼ਰੂਰ ਹੈ ਪਰ ਆਪਣੇ ਅੰਦੋਲਨ ਨੂੰ ਜਿਵੇਂ ਹੁਣ ਤੱਕ ਸ਼ਾਂਤਮਈ ਰੱਖਿਆ ਹੋਇਆ ਇਸ ਨੂੰ ਬਣਾਈ ਰੱਖਿਓ, ਕਿਉਂਕਿ ਹਕੂਮਤ ਸਿਰਫ ਚੁੱਪ ਤੋਂ ਡਰਦੀ ਹੈ। ਹਕੂਮਤ ਗੋਲੀ ਤੋਂ ਨਹੀਂ ਡਰਦੀ, ਬੰਦੂਕ ਤੋਂ ਨਹੀਂ ਡਰਦੀ, ਸ਼ੋਰ ਤੋਂ ਨਹੀਂ ਡਰਦੀ, ਗਿਣਤੀ ਤੋਂ ਨਹੀਂ ਡਰਦੀ, ਚੁੱਪ ਤੋਂ ਡਰਦੀ ਹੈ। ਕਿਉਂਕਿ ਚੁੱਪ ਦਾ ਮੁਕਾਬਲਾ ਕਰਨਾ ਇਸ ਧਰਤੀ ਤੇ ਅਜੇ ਤੱਕ ਕਿਸੇ ਹੋਰ ਨੂੰ ਨਸੀਬ ਨਹੀਂ ਹੋਇਆ। ਚੁੱਪ ਬੰਦਾ ਜਿਹੜਾ ਹੁੰਦਾ ਉਹਦੀ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ। ਇੱਕ ਉਹਨੇ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਸ ਜਨ ਅੰਦੋਲਨ 'ਚ ਵੱਧ ਤੋਂ ਵੱਧ ਪਾਰਟੀਸਪੇਟ ਕਰੋ ਤਾਂ ਕਿ ਇਸ ਗੱਲ ਦਾ ਅਹਿਸਾਸ ਜਿਹੜਾ ਹੈਗਾ ਸਾਨੂੰ ਸਾਰਿਆਂ ਨੂੰ ਹੋਵੇ ਕਿ ਸਾਡੀ ਧਰਤੀ, ਸਾਡੇ ਬਾਕੀ ਜਿਹੜੇ ਰਿਸੋਰਸਿਸ ਨੇ ਉਹ ਸੁਰੱਖਿਅਤ ਰਹਿਣ। ਜੀ ਗਾਜ਼ੀਆਬਾਦ ਮੋਰਚੇ ਤੋਂ ਕੋਈ ਜਾਣਕਾਰੀ ਹੈ ਜੀ ਗਿੱਲ ਸਾਹਿਬ ਆਪਦੇ ਪਾਸ? ਸਰਦਾਰ ਮਹਿੰਦਰ ਸਿੰਘ ਟਕੈਤ ਕਿਸੇ ਵਕਤ ਬੜੇ ਵੱਡੇ ਕਿਸਾਨ ਆਗੂ ਸਨ ਔਰ ਪੰਜਾਬ ਦੇ ਵਿੱਚ ਉਹਨਾਂ ਵਕਤਾਂ 'ਚ ਮੈਨੂੰ ਯਾਦ ਹੈ ਸਰ ਭੁਪਿੰਦਰ ਸਿੰਘ ਮਾਨ ਔਰ ਅਜਮੇਰ ਸਿੰਘ ਲੱਖੋਵਾਲ ਔਰ ਬਲਬੀਰ ਸਿੰਘ ਰਾਜੇਵਾਲ, ਇਹ ਲੋਕ ਸਾਰੇ ਜਿਹੜੇ ਸੀ ਉਹ ਉਸ ਦੀਆਂ ਬਾਹਾਂ ਸਨ ਔਰ ਪੂਰੇ ਉੱਤਰੀ ਭਾਰਤ ਦੇ ਵਿੱਚ ਉਹਨਾਂ ਨੇ ਰਾਜਸਥਾਨ, ਹਰਿਆਣਾ, ਵੈਸਟਰਨ ਯੂਪੀ, ਪੰਜਾਬ ਦੇ ਰਾਹੀਂ ਦਿੱਲੀ ਘੇਰ ਕੇ ਆਪਣੀਆਂ ਕੁਛ ਮੰਗਾਂ ਮਨਵਾਈਆਂ ਸੀ। ਇਹ ਗੱਲ ਸ਼ਾਇਦ 1987 ਦੀ ਹੈ। ਉਹਨਾਂ ਦੇ ਸਪੁੱਤਰ ਨੇ ਰਾਕੇਸ਼ ਟਕੈਤ ਜਿਹੜੇ ਇਸ ਵਕਤ ਕਿਸਾਨ ਆਗੂ ਨੇ ਯੂਪੀ ਦੇ, ਔਰ ਉਹਨਾਂ ਨੇ ਵੀ ਇਹ ਸਾਰੀ ਬਾਤਚੀਤ 'ਚ, ਈਵਨ ਅਮਿਤ ਸ਼ਾਹ ਨਾਲ ਜਿਹੜੀ ਮੀਟਿੰਗ ਹੋਈ ਉਸ 'ਚ ਵੀ ਉਹ ਸ਼ਾਮਿਲ ਸਨ। ਉਹਨਾਂ ਨੇ ਆਖਿਆ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹੀ ਮੰਗਾਂ ਨੇ ਜਿਹੜੀਆਂ ਬਲਬੀਰ ਸਿੰਘ ਰਾਜੇਵਾਲ ਨੇ ਕਹੀਆਂ ਨੇ, 3 ਬਿੱਲ ਰਿਜੈਕਸ਼ਨ ਤੇ, ਬਿਜਲੀ ਸੋਧ ਬਿੱਲ ਤੇ, ਦੂਸਰਾ ਤੀਸਰਾ ਈਵਨ ਪਰਾਲੀ ਵਾਲਾ ਵੀ ਮਾਮਲਾ,
ਤੇ ਉਹ ਜਿਹੜੇ ਜੇ ਵਾਪਸ ਨਹੀਂ ਹੁੰਦੇ ਜਾਂ ਰਿਜੈਕਟ ਨਹੀਂ ਹੁੰਦੇ, ਬੰਦ ਨਹੀਂ ਹੁੰਦੇ, ਉਹਨਾਂ ਚਿਰ ਸਾਡਾ ਅੰਦੋਲਨ ਜਿਹੜਾ ਹੈਗਾ ਉਹ ਵਾਪਸ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਸੋਧਾਂ ਦੀ ਗੱਲ ਕਰਦੀ ਗਵਰਨਮੈਂਟ ਆਫ ਇੰਡੀਆ ਉਹ ਸਾਨੂੰ ਪ੍ਰਵਾਨ ਨਹੀਂ, ਅਸੀਂ ਲੀਰਾ ਲੱਥਿਆ ਸੂਟ ਨਹੀਂ ਪਾਉਣਾ। ਜੇ ਅਸੀਂ ਕਿਸੇ ਸੌਦਾ ਖਰੀਦਦੇ ਹਾਂ, ਜੇ ਕੋਈ ਮਾੜਾ ਮੋਟਾ ਨੁਕਸ ਨਿਕਲੇ ਤਾਂ ਅਸੀਂ ਪੀਸੀ ਬਦਲਵਾਉਂਦੇ ਹਾਂ, ਅਸੀਂ 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 ਉਹਦੀ ਮੁਰੰਮਤ ਨਹੀਂ ਕਰਾਉਂਦੇ, ਅਸੀਂ ਬਿੱਲ ਦੀ ਮੁਰੰਮਤ ਨਹੀਂ ਕਰਾਉਣੀ। ਸਾਨੂੰ ਪੂਰੇ ਦਾ ਪੂਰਾ ਜਿਹੜਾ ਹੈਗਾ ਬਿੱਲ ਰੱਦ ਚਾਹੀਦਾ, ਔਰ ਬੀ ਜਿਹੜਾ MSP ਹੈ ਉਹਦੇ 'ਤੇ ਵੀ ਬਿੱਲ ਲਿਆਓ, ਤਾਂ ਕਿ ਅਸੀਂ ਜਿਹੜਾ ਕਿਸਾਨ ਮਸ਼ਵਰਾ ਦੇਵੇਗਾ ਉਸ ਮਸ਼ਵਰੇ ਵਿੱਚ ਇਨਕਾਰਪੋਰਟ ਕਰੋ, ਤਾਂ ਕਿ ਅਸੀਂ ਉਸ ਨੂੰ ਅਸਰਦਾਰ ਢੰਗ ਨਾਲ ਪ੍ਰਵਾਨ ਕਰ ਸਕੀਏ। ਜੀ ਇੱਕ ਗੱਲ ਜਿਹੜੀ ਹੋਰ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਜੀਓ ਜਿਹੜਾ ਟੈਲੀਫੋਨਿਕ ਇੰਟਰਨੈਟ ਦਾ ਕਨੈਕਟਿਵਿਟੀ ਦਾ ਮਸਲਾ ਇਹਨਾਂ ਦਾ ਹੈਗਾ ਰਿਲਾਇੰਸ ਦਾ, ਮੁਕੇਸ਼ ਅੰਬਾਨੀ ਪਰਿਵਾਰ ਦਾ, ਉਸ ਦਾ ਵੀ ਬਾਈਕਾਟ ਕਰਾਂਗੇ। ਪਰ ਨਾਲ ਦੀ ਨਾਲ ਉਹਨੇ ਗੱਲ ਜਿਹੜੀ ਬੜੀ ਮਹੱਤਵਪੂਰਨ ਆਖੀ ਹੈ ਕਿ ਗਵਰਨਮੈਂਟ ਆਫ ਇੰਡੀਆ ਇਹ ਚਾਲ ਨਾ ਚੱਲੇ ਕਿ BSNL ਨੂੰ ਬਿਲਕੁਲ ਅਜੇ 18ਵੀਂ ਸਦੀ ਵਿੱਚ ਹੀ ਰੱਖੀ ਬੈਠਣ, ਉਹਨੂੰ ਵੀ 3G 4G 5G ਦੀ ਸਹੂਲਤ ਦੇਣ, ਤਾਂ ਕਿ ਜਿਹੜਾ ਪਬਲਿਕ ਸੈਕਟਰ ਦਾ ਅਦਾਰਾ ਆ ਉਹ ਮੁਕਾਬਲਾ ਕਰਕੇ ਬਰਾਬਰ ਤੱਗ ਸਕੇ। ਉਹਨਾਂ ਨੇ ਵੀ ਕਿਹਾ ਕਿ BSNL ਦੇ ਜਿਹੜੇ ਇਹ ਜਿਹੜੇ ਸਮਰੱਥਾਵਾਨ ਬਣਾਉਣ ਦੀ ਜਿਹੜੀ ਅਪੀਲ ਹੈ ਮੇਰੀ, ਇਹ ਇਸ ਕਰਕੇ ਆ ਕਿ ਅਸੀਂ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਕੇ ਹੀ ਪ੍ਰਾਈਵੇਟ ਸੈਕਟਰ ਦਾ ਮੁਕਾਬਲਾ ਕਰ ਸਕਦੇ ਹਾਂ। ਮੈਨੂੰ ਜਦੋਂ ਗੱਲ ਮੈਂ ਉਹਨਾਂ ਦੀ ਸੁਣੀ ਤਾਂ ਮੇਰਾ ਜੀ ਕੀਤਾ ਕਿ ਮੈਂ BSNL ਦੇ ਜਿਹੜੇ ਟ੍ਰੇਡ ਯੂਨੀਅਨ ਆਗੂ ਨੇ ਉਹਨਾਂ ਨੂੰ ਪੁੱਛਾਂ ਕਿ ਅਸਲ ਕਹਾਣੀ ਹੈ ਕੀ ਹੈ। ਉਹਨਾਂ ਨੇ ਮੈਨੂੰ ਦੱਸਿਆ, ਕਿਉਂਕਿ ਸਰਕਾਰੀ ਤੰਤਰ ਦੇ ਨੌਕਰ ਨੇ ਵਿਚਾਰੇ ਆਪਣਾ ਨਾਂ ਤਾਂ ਲੈ ਨਹੀਂ ਸਕਦੇ, ਨਾ ਹੀ ਉਹਨਾਂ ਨੇ ਮੈਨੂੰ ਅਲਾਓ ਕੀਤਾ ਕਿ ਮੈਂ ਨਾਂ ਲੈ ਸਕਾਂ। ਪਰ ਜਿਹੜੀ ਵਿਚਲੀ ਗੱਲ ਦੱਸੀ ਉਹਨਾਂ ਨੇ, ਉਹ ਕਹਿੰਦੇ ਜੀ ਬਾਕੀ ਛੱਡੋ, ਸਿਰਫ ਲੁਧਿਆਣਾ ਹੀ ਲੈ ਲਓ ਤੁਸੀਂ। ਲੁਧਿਆਣੇ ਦੇ ਵਿੱਚ BSNL ਦੇ ਸਿਰਫ 250 ਟਾਵਰਸ ਨੇ ਔਰ ਰਿਲਾਇੰਸ ਦੇ 1200 ਟਾਵਰਸ ਨੇ, 1200 ਟਾਵਰਸ ਨੇ। ਉਹਦੀ ਕਨੈਕਟਿਵਿਟੀ ਕੁਦਰਤੀ ਗੱਲ ਆ ਬੈਟਰ ਹੋਏਗੀ। ਸਾਡੇ 2G 4G ਦੇ ਤੁਰੇ ਫਿਰਦੇ, 2G 3G ਦੇ ਤੁਰੇ ਫਿਰਦੇ ਆ ਜੇ, ਉਹ 5G ਦੇ ਪਹੁੰਚਣ ਵਾਲੇ ਹੋਏ ਫਿਰਦੇ ਨੇ। ਔਰ ਲੋਕ ਗੱਡੇ ਤੇ ਕਿਉਂ ਬਹਿਣਗੇ ਜੇ ਉਹਨਾਂ ਨੂੰ ਫਾਸਟ ਟ੍ਰੇਨ ਨਾਲ ਮਿਲਦੀ ਹੈ ਤਾਂ। ਸੋ ਸਾਡੇ ਕਨੈਕਸ਼ਨ ਖਿਸਕ ਕੇ ਬਹੁਤ ਸਾਰੇ ਜਿਹੜੇ ਨੇ ਉਹ ਰਿਲਾਇੰਸ ਕੋਲ ਜਾ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਦੱਸੀ ਕਿ ਸਾਡੇ ਟਾਵਰਸ ਵਰਤ ਕੇ ਰਿਲਾਇੰਸ ਨੇ ਆਪਣੇ ਪੈਰ ਜਮਾਏ ਸੀ ਪੂਰੇ ਮੁਲਕ ਦੇ ਵਿੱਚ। BSNL ਦੇ ਟਾਵਰ ਯੂਜ ਕਰਕੇ ਇਹਨਾਂ ਨੇ ਪਹਿਲਾਂ ਆਪਣੀ ਹੋਂਦ ਅਸਟੈਬਲਿਸ਼ ਕੀਤੀ ਸੀ। ਫਿਰ ਇਹ ਵੀ ਤਾਂ ਗੱਲ ਦੱਸੀ ਕਿ ਜਦੋਂ ਆ ਕਰੋਨਾ COVID-19 ਦਾ ਮਸਲਾ ਆਇਆ ਤਾਂ ਚੀਨ ਦੇ ਬਹੁਤ ਸਾਰੇ ਸਮਾਨ ਦੇ ਬਾਈਕਾਟ ਦੀ ਗੱਲ ਜਦੋਂ ਹੋਈ ਤਾਂ ਸਾਡੇ ਕੁਛ ਐਗਰੀਮੈਂਟ ਸੀਗੇ ਜਿਹੜੇ BSNL ਦੇ ਹੋਏ ਹੋਏ ਨੈਸ਼ਨਲ ਲੈਵਲ ਤੇ ਚਾਈਨੀਜ਼ ਜਿਹੜੇ ਟਾਵਰ ਬਣਾਉਣ ਵਾਲੀ ਕੰਪਨੀ ਉਹਦੇ ਨਾਲ, ਉਹਦਾ ਨਾਂ ਦੱਸਿਆ ਜਿਹੜਾ ਵੀ ਨਾਂ ਔਖਾ ਜਿਹਾ ਹੋਣ ਕਰਕੇ ਮੈਨੂੰ ਨਹੀਂ ਪਤਾ ਇਸ ਵੇਲੇ ਕੀ ਨਾਂ ਸੀ ਉਹਦਾ। ਉਹ ਟਾਵਰ ਬਣਾਉਣ ਵਾਲੀ ਜਿਹੜੀ ਕੰਪਨੀ ਹੈ ਉਹਦੇ ਆਰਡਰ ਗਵਰਨਮੈਂਟ ਆਫ ਇੰਡੀਆ ਨੇ ਰਿਜੈਕਟ ਕਰ ਦਿੱਤੇ, ਰੱਦ ਕਰ ਦਿੱਤੇ ਕਿ ਅਸੀਂ ਇਹ ਨਹੀਂ ਲੈਣੇ ਕਿਉਂਕਿ ਤੁਸੀਂ ਚੀਨ ਦੇ ਬਣੇ ਹੋਏ ਸਮਾਨ ਨੂੰ ਅਸੀਂ ਨਹੀਂ ਵਰਤਣਾ। ਪਰ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਜਿੰਨੇ ਵੀ, ਉਹ ਸਾਰੇ ਟਾਵਰ ਜਿਹੜੇ ਨੇ ਉਹ ਅਜੇ ਵੀ ਚੀਨ ਤੋਂ ਮੰਗਵਾ ਕੇ ਲਾ ਰਹੇ ਨੇ। ਸੋ ਇਹ ਜਿਹੜਾ ਹੈਗਾ ਕਿ ਲੰਬੜਦਾਰ ਦਾ ਮੁੰਡਾ 10 ਮੀਟਰ ਅੱਗੋਂ ਭਜਾ ਦਿਓ ਤੇ ਮੇਰੇ ਵਰਗੇ ਲਿਸੇ ਕਮਜ਼ੋਰ ਨੇ ਤਾਣੇ ਨੂੰ ਕਹੋ ਵੀ ਤੂੰ 10 ਮੀਟਰ ਪਿੱਛੋਂ ਦੌੜ ਪਈ ਤੇ ਕਿੱਥੋਂ ਜਾ ਕੇ ਗੋਲਡ ਮੈਡਲ ਜਿੱਤ ਲੂ ਬਈਓ। ਇਸ ਕਰਕੇ ਜਿਹੜੀਆਂ ਸ਼ੈਤਾਨੀਆਂ ਨੇ, ਢਿੱਡ ਦੀਆਂ ਸ਼ੈਤਾਨੀਆਂ ਨੇ, ਉਹਨਾਂ ਸ਼ੈਤਾਨੀਆਂ ਦਾ ਵੀ ਮੁਕਾਬਲਾ ਕਰਨਾ ਪੈਣਾ ਸਾਨੂੰ। ਔਰ ਇਹ ਗੱਲ ਬਿਲਕੁਲ ਐਨ ਚਿੱਟੇ ਦਿਨ ਵਰਗੀ ਸਪਸ਼ਟ ਹੈ ਕਿ ਸਾਡੇ ਸਿਸਟਮ ਦੀ ਤਬਾਹੀ ਦਾ ਕਾਰਨ ਜਿਹੜਾ ਹੈਗਾ ਉਹ ਲਿਹਾਜ਼ਦਾਰੀਆਂ ਨੇ ਥੈਲੀ ਸ਼ਾਹਾਂ ਨਾਲ, ਅਦਰਵਾਈਜ਼ ਪਬਲਿਕ ਸੈਕਟਰ ਇੰਨਾ ਨਿਤਾਣਾ ਇੰਨਾ ਕਮਜ਼ੋਰ ਸ਼ਾਇਦ ਕਦੇ ਵੀ ਨਹੀਂ ਸੀ ਜਿੰਨਾ ਅੱਜ ਹੋਇਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ। ਜੀ, ਸਾਡੇ ਜਿਹੜੇ ਦਰਸ਼ਕ ਨੇ ਜੀ ਪੰਜਾਬੀ ਨੈਸ਼ਨਲ ਦੇ ਇਸ ਸਮੇਂ ਸੋਸ਼ਲ ਮੀਡੀਆ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਉਹਨਾਂ ਵਿੱਚ ਸਰਜੀਤ ਸਿੰਘ ਚੇਲਾ, ਭਾਈ ਰੂਪਾ ਜੀ, ਜਸਵੀਰ ਕੌਰ ਗਿੱਲ ਜੀ, ਰਿਸ਼ੂ ਰਾਜਦੇਵ ਜੀ ਅਤੇ ਰਾਈਜ਼ਰ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਡਾ ਵੀ ਕੋਈ ਕਮੈਂਟ ਹੋਵੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਹੋ, ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ, ਆਪਣੇ ਕੁਐਸਚਨ ਵੀ ਤੁਸੀਂ ਪੁੱਛ ਸਕਦੇ ਹੋ ਜਿਸ ਪ੍ਰੋਗਰਾਮ ਤੇ, ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਉਹਨਾਂ ਪ੍ਰੋਗਰਾਮਾਂ ਦੇ ਆਪ ਨੂੰ ਜਵਾਬ ਦਈਏ ਜੀ। ਇਸ ਸਮੇਂ ਅਸੀਂ ਪੰਜਾਬ ਤੋਂ ਲੁਧਿਆਣਾ ਸ਼ਹਿਰ ਤੋਂ ਪ੍ਰਸਿੱਧ ਲੇਖਕ ਗੁਰਭਜਨ ਸਿੰਘ ਗਿੱਲ ਜੀ ਨਾਲ ਗੱਲਬਾਤ ਕਰ ਰਹੇ ਹਾਂ ਜੀ। ਗਿੱਲ ਸਾਹਿਬ, ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ BSNL ਜਾਂ ਜੀਓ ਦੀ ਜਾਂ ਪ੍ਰਾਈਵੇਟ ਕੰਪਨੀਆਂ ਦੀ, ਕਿਸ ਤਰੀਕੇ ਨਾਲ ਸਰਕਾਰੀ ਅਦਾਰਿਆਂ ਨੂੰ ਜਿਹੜਾ ਪਿੱਛੇ ਰੱਖਿਆ ਜਾਂਦਾ ਹੈ ਤੇ ਪ੍ਰਾਈਵੇਟ ਅਦਾਰਿਆਂ ਨੂੰ ਜਿਹੜਾ ਅੱਗੇ ਲਿਆਂਦਾ ਜਾਂਦਾ ਹੈ, ਇਸ ਸੰਬੰਧੀ ਕਈ ਬੁੱਧੀਜੀਵੀ ਜਿਹੜੇ ਨੇ ਜੀ ਉਹ ਮੰਗ ਉਠਾ ਰਹੇ ਨੇ ਕਿ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਨਹੀਂ, ਇਹਦਾ ਆਡਿਟ ਹੋਣਾ ਚਾਹੀਦਾ। ਜੀ, ਅੱਜ ਪੰਜਾਬ ਦੇ ਬਹੁਤ ਟਾਪ ਮੋਸਟ ਜਿਹੜੇ ਸਾਡੇ ਅਕੈਡਮਿਸ਼ੀਅਨਸ ਨੇ, ਖਾਸ ਕਰਕੇ ਕੁਝ ਸਾਬਕਾ ਵਾਈਸ ਚਾਂਸਲਰ ਨੇ,
या अर्थशास्त्री ने, सिक्ख्या शास्त्री ने, उन्होंने आख्या जिदे च डॉक्टर कृपाल सिंह औलख साबका वाइस चांसलर पंजाब खेतीबाड़ी यूनिवर्सिटी ने, डॉक्टर एस पी सिंह जिहड़े गुरु नानक यूनिवर्सिटी साबका वाइस चांसलर ने, डॉक्टर एन एस मल्ली जिहड़े गुरु काशी यूनिवर्सिटी तलवंडी साबो दे साबका वाइस चांसलर ने, एन जी डॉक्टर सरजीत सिंह गिल जिहड़े प्रसार सिक्ख्या निर्देशक रहे ने पी ए यू दे, डॉक्टर दर्शन सिंह, डॉक्टर हरी सिंह बराड़ और कुछ इकोनमिस्ट डॉक्टर जगरूप सिंह सिद्धू वर्गे, डॉक्टर मान सिंह तूर वर्गे, उन्होंने सारे ने गल आखी है कि सानू पिछले लगभग 25 साल के कारपोरेट घराणे असी कि सहूलत पंजाब च दित्तियां ने, ते उन्होंने सहूलतों के बदले च उन्होंने सानू की इंफ्रास्ट्रक्चर की डिवेलपमेंट के वास्ते ढांचागत विकास के कंट्रीब्यूट किया, इहदा एक सोशल ऑडिट करना चाहिए ताकि हुकूमतों नू पता तो लगे कि 25 साल के असी की दिता तो की लिया। सो कारपोरेट घराणे की खेती की वरतों दी सहूलतों का ऑडिट करवाने तो बाद सानू अगली पॉलिसी भी सौखी हो जाएगी। ਮੈਨੂੰ ਇੱਕ ਹੋਰ ਇਕੋਨੋਮਿਸਟ ਨੇ ਬਿਨਾਂ ਆਪਣੀ ਪਛਾਣ ਦੱਸਣ ਤੋਂ ਆਖੀ ਗੱਲ ਇਹ ਕਿ ਬਹੁਤ ਸਮਾਂ ਪਹਿਲਾਂ ਲੋਡੂਵਾਲ ਦੇ ਨੇੜੇ ਏਅਰਟੈਲ ਕੰਪਨੀ ਨੂੰ, ਭਾਰਤੀ ਟੈਲੀਕਾਮ ਨੂੰ ਕੁਝ ਜ਼ਮੀਨ ਗਵਰਨਮੈਂਟ ਆਫ ਪੰਜਾਬ ਨੇ ਅਲਾਟ ਕੀਤੀ। ਅਲਾਟ ਕਰਨ ਦਾ ਕਾਰਨ ਇਹ ਸੀ ਕਿ ਉਹ ਤਾਜ਼ੀਆਂ ਸਬਜ਼ੀਆਂ ਦਾ ਇੱਕ ਫਾਰਮ ਉੱਥੇ ਡਿਵੈਲਪ ਕਰਨਗੇ, ਫਾਰਮ ਫਰੈਸ਼ ਦੇ ਨਾਂ ਥੱਲੇ। ਜੀ ਉਹਨਾਂ ਨੇ ਫਾਰਮ ਬਣਾ ਵੀ ਲਿਆ, ਸਾਇੰਟਿਸਟ ਵੀ ਭਰਤੀ ਕਰ ਲਏ, ਵੇਚਣ ਵਾਲੇ ਵੀ ਭਰਤੀ ਕਰ ਲਏ। ਹੋਇਆ ਕਿ ਵੀ ਉਹ ਮੰਡੀ ਦੇ ਵਿੱਚ ਜਦੋਂ ਗਏ ਤਾਂ ਉਹਨਾਂ ਦੀ ਜਿਹੜੀ ਕੁਆਲਿਟੀ ਸੀ ਉਹ ਸਾਰੀ ਏਡੀ ਹੌਲੀ ਸੀ ਕਿ ਉਹ ਲੋਕ ਪ੍ਰਵਾਨ ਹੀ ਨਹੀਂ ਕੀਤੀ ਮੰਡੀ ਨੇ। ਫਿਰ ਉਹਨਾਂ ਨੇ ਨੇੜੇ ਤੇੜੇ ਦੇ ਕਿਸਾਨਾਂ ਤੋਂ ਖਰੀਦ ਕੇ ਆਪਣੇ ਫਾਰਮ ਫਰੈਸ਼ ਦੇ ਨਾਂ 'ਤੇ ਵੇਚਣੀ ਸ਼ੁਰੂ ਕਰ ਦਿੱਤੀ, ਅਤੇ ਹੁਣ ਪਤਾ ਹੀ ਨਹੀਂ ਵੀ ਉਹ ਕਿੱਧਰ ਨੂੰ ਗਈ। ਉਹ ਫਾਰਮ ਫਰੈਸ਼ ਕਦੇ ਉਹਦੀ ਹੋਂਦ ਹੀ ਨਹੀਂ ਸੁਣੀ ਪਿਛਲੇ 10-12 ਸਾਲਾਂ ਦੇ ਵਿੱਚ, 15 ਸਾਲਾਂ ਦੇ ਵਿੱਚ। ਅਤੇ ਜਦੋਂ ਉਹ ਬਕਾਇਦਾ ਸ਼ੁਰੂ ਕੀਤਾ ਗਿਆ ਸੀ, ਇਸੇ ਤਰ੍ਹਾਂ ਸਿੱਖਿਆ ਤੰਤਰ ਦੇ ਵਿੱਚ ਵੀ ਕੁਛ ਵੱਡੇ ਅਦਾਰਿਆਂ ਨੂੰ ਸਕੂਲਾਂ ਵਾਸਤੇ ਸਾਡੀਆਂ ਜ਼ਮੀਨਾਂ ਦਿੱਤੀਆਂ ਗਈਆਂ, ਸ਼ਾਮਲਾਟ ਜ਼ਮੀਨਾਂ, ਪੰਚਾਇਤੀ ਜ਼ਮੀਨਾਂ, ਉਹਦੇ ਵਿੱਚ ਵੀ ਉਹੀ ਲੋਕਤੰਤਰ ਵਾਲਾ ਸਕੂਲ ਫਿਰ ਚੱਲ ਰਿਹਾ, ਸਿਸਟਮ ਚੱਲ ਰਿਹਾ ਜਿਹੜਾ ਆਮ ਪਬਲਿਕ ਸਕੂਲ ਸਿਸਟਮ ਹੈ। ਸੋ ਇਹ ਸਾਰਾ ਕੁਝ ਜਦੋਂ ਮਲਟੀਨੈਸ਼ਨਲ ਕੰਪਨੀਆਂ ਜਾਂ ਸਾਡੀਆਂ ਜਿਹੜੀਆਂ ਵੱਡੀਆਂ ਕੌਮੀ ਕੰਪਨੀਆਂ ਨੇ ਇਸ ਤਰ੍ਹਾਂ ਦੀ ਸਹੂਲਤਾਂ ਮੰਗਦੀਆਂ ਨੇ ਕਿ ਅਸੀਂ ਕਾਰਪੋਰੇਟ ਰਿਸਪੋਂਸੀਬਿਲਿਟੀ ਨਿਭਾਉਣ ਵਾਸਤੇ ਅਸੀਂ ਇਹ ਸਾਰਾ ਕੁਛ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਦਾ ਕਹੀਂ ਪੇ ਨਿਸ਼ਾਨਾ, ਕਹੀਂ ਪੇ ਨਜ਼ਰ ਵਾਲੀ ਗੱਲ ਹੋ ਜਾਂਦੀ ਹੈ, ਨਜ਼ਰ ਕਿਤੇ ਹੋਰ ਹੁੰਦੀ ਹੈ। ਔਰ ਅਲਟੀਮੇਟਲੀ ਗੱਲ ਉੱਥੇ ਬਣਦੀ ਹੈ ਕਿ ਪਹਿਲਾਂ ਜੱਟਾਂ ਤੋਂ ਜ਼ਮੀਨ ਲੈ ਲਓ, ਉੱਥੇ ਖੰਡ ਮਿਲ ਲੈ ਲਓ, ਮਗਰੋਂ ਖੰਡ ਮਿਲ ਜਿਹੜੀ ਹੈਗੀ ਹੈ ਉਹ ਜੀ ਫੇਲ ਹੋ ਗਈ, ਫੇਲ ਹੋ ਗਈ ਤਾਂ ਉਹ ਜਗ੍ਹਾ ਜਿਹੜੀ ਉਹਦੇ ਪਲਾਟ ਕੱਟ ਕੇ ਵੇਚ ਦਿਓ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੰਮ ਖਤਮ ਸਾਰਾ। ਇਹ ਕਈ ਥਾਈਂ ਹੋਇਆ, ਈਵਨ ਜਗਰਾਓਂ ਹੋਇਆ ਇਸ ਤਰ੍ਹਾਂ। ਜੀ ਸਾਡੇ ਸਾਹਮਣੇ ਮਿਸਾਲਾਂ ਇਹ ਨੇ ਕਿ ਸਭ ਤੋਂ ਵੱਧ ਜੇ ਕੋਈ ਧੋਖੇ 'ਚ ਰਹਿੰਦਾ, ਲੁੱਟਿਆ ਜਾਂਦਾ, ਤਾਂ ਭੋਲਾ ਪੰਛੀ ਸਾਡਾ ਫਾਰਮਰ ਹੈ ਜਿਹਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਦੁਸ਼ਮਣ ਕਿਹੜੇ ਵੇਲੇ ਕਿਹੜੀ ਚਾਲ ਚੱਲ ਗਿਆ। ਠੀਕ ਹੈ ਜੀ। ਗਿੱਲ ਸਾਹਿਬ, ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਹੈ ਜੀ, ਇਹਦੇ ਉੱਪਰ ਕੀ ਕਹਿਣਾ ਚਾਹੋਗੇ? ਅੱਜ ਵਿਸ਼ਵ ਪੱਧਰ ਤੇ ਜਿਹੜਾ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਉਹ ਮਨਾਉਣ ਦਾ ਦਿਨ ਸੀ ਜੀ। ਔਰ ਮੈਨੂੰ ਲੱਗਦਾ ਕਿ ਜਿਵੇਂ ਬੋਲੀ ਪਾਉਂਦੀਆਂ ਹੁੰਦੀਆਂ ਨੇ ਬੀਬੀਆਂ ਕਿ ਕਿਹੜੇ ਹੌਸਲੇ ਕਿਹਦੇ ਵਿੱਚ ਜਾਵਾਂ, ਯਾਰ ਬਿਮਾਰ ਪਿਆ, ਸੋ ਮੈਨੂੰ ਤਾਂ ਇੰਝ ਲੱਗਦਾ ਵੀ ਅੱਜ ਸਾਡਾ ਕਾਹਦਾ ਮਨੁੱਖੀ ਦਿਹਾੜਾ। ਸਾਡਾ ਟੱਬਰ ਟੀਰ ਤੇ ਸਾਰਾ ਬੈਠਾ ਦਿੱਲੀ ਬਾਰਡਰ ਤੇ, ਕੋਈ ਸਿੰਘੂ ਬਾਰਡਰ ਤੇ, ਕੋਈ ਟੀਕਰੀ ਤੇ, ਕੋਈ ਕੁੰਡਲੀ ਬਾਰਡਰ ਤੇ। ਅਸੀਂ ਜਦੋਂ ਟੱਬਰ ਸਾਡਾ ਸਾਰਾ ਉੱਥੇ ਬੈਠਾ, ਧੀਆਂ ਭੈਣਾਂ ਮਾਵਾਂ ਬੈਠੀਆਂ ਨੇ ਉੱਥੇ ਵਿਚਾਰੀਆਂ, ਵਿਲਾਪ ਵਹਿਣ ਪਾ ਰਹੀਆਂ ਨੇ ਕਿ ਸਾਡੀ ਹੋਣੀ ਦਾ ਫੈਸਲਾ ਕੀਤਾ ਜਾਵੇ, ਸਾਨੂੰ ਇਸ ਤਰ੍ਹਾਂ ਨਾ ਖੱਜਲ ਕੀਤਾ ਜਾਵੇ, ਬਾਪੂ ਬਜ਼ੁਰਗ ਬੈਠੇ ਨੇ, ਤੇ ਉੱਥੇ ਵੀ ਅੱਜ ਇਸ ਕਿਸਮ ਦਾ ਹੀ ਮਾਹੌਲ ਸੀ। ਔਰ ਜਿਹੜਾ ਟਿੱਕਰੀ ਬਾਰਡਰ ਤੇ ਅੱਜ ਇਹਨਾਂ ਨੇ ਜੋਗਿੰਦਰ ਸਿੰਘ ਰਾਹਾਂ ਹੋਰਾਂ ਨੇ ਸੈਲੀਬ੍ਰੇਟ ਕੀਤਾ ਇਹ ਮਨੁੱਖੀ ਅਧਿਕਾਰ ਦਿਹਾੜਾ, ਉਹਨਾਂ ਦਾ ਅੰਦਾਜ਼ ਬੜਾ ਡਿਫਰੈਂਟ ਸੀਗਾ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਮਤਾ ਪਾਸ ਕੀਤਾ ਕਿ ਜਿਹੜੇ ਇੰਟਲੈਕਚੁਅਲ, ਜਿਹੜੇ ਬੁੱਧੀਜੀਵੀ ਬੋਲਣ ਕਰਕੇ, ਲਿਖਣ ਕਰਕੇ ਜੇਲ੍ਹਾਂ 'ਚ ਡੱਕੇ ਹੋਏ ਨੇ, ਜੀ ਉਹ ਰਿਹਾ ਕੀਤੇ ਜਾਣ, ਕਿ ਮਨੁੱਖ ਉਹ ਵੀ ਤਾਂ ਮਨੁੱਖ ਨੇ, ਉਹਨਾਂ ਦੇ ਵੀ ਅਧਿਕਾਰ ਨੇ। 82-82, 83-83 ਸਾਲ ਦੇ ਬਜ਼ੁਰਗ ਤੁਸੀਂ ਡੱਕੇ ਹੋਏ ਨੇ ਕਿ ਇਹੋ ਜਿਹੀਆਂ ਲਿਖਤਾਂ ਕਿਉਂ ਲਿਖਦੇ ਨੇ, ਤੇ ਜੇ ਬੋਲਣ ਦਾ ਅਧਿਕਾਰ ਨਹੀਂ ਦੇਣਾ ਤੇ ਮਨੁੱਖ ਦਾ ਅਧਿਕਾਰ ਸਭ ਤੋਂ ਵੱਡੀ ਮਨੁੱਖ ਦੀ ਲੋੜ ਤਾਂ ਬੋਲਣਾ ਹੈ। ਸੋ ਇਸ ਕਰਕੇ ਉਹਨਾਂ ਬੁੱਧੀਜੀਵੀਆਂ ਨੂੰ ਜੇਲ੍ਹਾਂ 'ਚੋਂ ਰਿਹਾਅ ਕੀਤਾ ਜਾਵੇ। ਫਿਰ ਉੱਥੇ ਉਹਨਾਂ ਨੇ ਵਧੀਆ ਕੀਤਾ ਕਿ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਧਰਤੀ 'ਤੇ ਸਾਡੇ ਇਸ ਪੰਜਾਬ ਦੇ ਅੰਦਰ ਲੋਕ ਹੱਕਾਂ ਦੀ ਗੱਲ ਕੀਤੀ, ਵਾਹੀਵਾਨ ਦੀ ਜ਼ਮੀਨ ਦੀ ਗੱਲ ਕੀਤੀ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਸਾਰੇ ਕੈਂਪ ਦਾ ਨਾਂ ਹੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਗਰ ਰੱਖਿਆ ਹੋਇਆ। ਔਰ ਉਸ 'ਚ ਅੱਜ ਬੜੇ ਵੱਡੇ ਵੱਡੇ ਵਿਦਵਾਨ, ਰੰਜਨੀ ਸੁੰਦਰ ਵਰਗੇ, ਨਤਾਸ਼ਾ ਨਰਵਾਲ ਵਰਗੇ, ਇਸੇ ਤਰ੍ਹਾਂ ਇਸ ਵਾਰ ਗੁਰਸ਼ਰਨ ਸਿੰਘ ਨਾਟਕਕਾਰ ਦੀ ਸਪੁੱਤਰੀ ਡਾਕਟਰ ਨਵਸ਼ਰਨ ਵਰਗੇ, ਅਮੋਲਕ ਸਿੰਘ ਵਰਗੇ,
ਉਹਨਾਂ ਨੇ ਭਾਸ਼ਣ ਵੀ ਉੱਥੇ ਕੀਤੇ ਔਰ ਕੇਵਲ ਧਾਲੀਵਾਲ ਜਿਹੜਾ ਬਹੁਤ ਸਾਡਾ ਸਮਰੱਥਾਵਾਨ ਨਾਟਕਕਾਰ ਹੈ ਅੰਮ੍ਰਿਤਸਰੋਂ ਰੰਗ ਮੰਚ ਵਾਲਾ ਦੋਸਤ, ਉਸ ਨੇ ਜੋਗਿੰਦਰ ਬਾਹਰਲਾ ਦਾ ਇੱਕ ਬੜਾ ਪੁਰਾਣਾ ਨਾਟਕ ਹੈ ਹਾੜੀਆਂ ਤੇ ਸਾਉਣੀਆਂ, ਉਹ ਉੱਥੇ ਆਪਣੇ ਕਲਾਕਾਰਾਂ ਰਾਹੀਂ ਖੇਡ ਕੇ ਇਹ ਸੁਨੇਹਾ ਦਿੱਤਾ ਕਿ ਸਾਡੀ ਹੋਣੀ ਉਹਨਾਂ ਚਿਰ ਨਹੀਂ ਸੌਰ ਸਕਦੀ ਜਦ ਤੱਕ ਅਸੀਂ ਆਪ ਸਚੇਤ ਹੋ ਕੇ ਆਪਣੇ ਹੱਕਾਂ ਦੀ ਰਖਵਾਲੀ ਵਾਸਤੇ ਕਮਰ ਕੱਸਾ ਨਹੀਂ ਕਰਦੇ। ਜੀ ਗਿੱਲ ਸਾਹਿਬ, ਭਾਸ਼ਾ ਵਿਭਾਗ ਵੱਲੋਂ ਪਿਛਲੇ ਦਿਨੀ ਕਈ ਜਿਹੜੇ ਨਾਮਾਂ ਦੀ ਜਿਹੜੀ ਹੈ ਜੀ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ, ਉਹ ਕਾਫੀ ਚਰਚਾ ਵਿੱਚ ਉਦਣ ਤੋਂ ਹੀ ਚੱਲ ਰਹੀ ਹੈ ਜੀ, ਵੱਖ ਵੱਖ ਕਾਰਨਾਂ ਕਰਕੇ ਉਹਦੇ ਬਾਰੇ ਜਾਣਨਾ ਚਾਹਾਂਗੇ। ਭਾਸ਼ਾ ਵਿਭਾਗ ਪੰਜਾਬ ਦੀ ਲਿਸਟ ਜਦੋਂ ਐਤਕੀ ਇਨਾਮ ਦੇਣ ਵਾਲੀ ਸੂਚੀ ਮੈਂ ਵੇਖੀ ਕਿਸੇ ਦੋਸਤ ਦੇ ਕੋਲ, ਮੈਂ ਤਾਂ ਮੈਂਬਰ ਨਹੀਂ ਸੀ ਪਰ ਕਿਸੇ ਦੋਸਤ ਕੋਲ ਵੇਖੀ ਤਾਂ ਮੈਨੂੰ ਬੜੀ ਸ਼ਰਮ ਆਈ ਕਿ ਜਿਹੜੀਆਂ ਪ੍ਰਪੋਜ਼ਲਸ ਨੇ, ਖਾਸ ਕਰਕੇ ਜਿਹੜੀਆਂ ਪ੍ਰਸਤਾਵਿਤ ਨਾਂ ਨੇ, ਉਹਨਾਂ ਵਿੱਚ ਕਈ ਲੋਕ ਉਹ ਸ਼ਾਮਿਲ ਨੇ ਜਿਨ੍ਹਾਂ ਲੋਕਾਂ ਦਾ ਦੂਰ ਨੇੜੇ ਦਾ ਵੀ ਰਿਸ਼ਤਾ ਉਸ ਸਿਨਫ ਨਾਲ ਨਹੀਂ, ਰੂਪ ਨਾਲ ਨਹੀਂ ਹੈਗਾ ਜਿਸ ਕੈਟਾਗਰੀ ਵਿੱਚ ਉਹਨਾਂ ਨੂੰ ਇਨਾਮ ਦਿੱਤੇ ਜਾਣ ਦਾ ਹੋਇਆ ਹੋਇਆ ਫੈਸਲਾ ਜਾਂ ਉਹਨਾਂ ਨੂੰ ਪ੍ਰਸਤਾਵਿਤ ਕੀਤਾ ਗਿਆ। ਅੱਗੇ ਕੀ ਹੁੰਦਾ ਸੀ, ਕਿਉਂਕਿ ਮੈਂ 1995 ਤੋਂ ਲੈ ਕੇ ਲਗਭਗ 2012 ਤੀਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਲਾਹਕਾਰ ਬੋਰਡ ਦਾ ਮੈਂਬਰ ਹੋਣ ਨਾਤੇ ਜਾਂ ਕਿਸੇ ਸੱਤਾਵਾਨ ਦੇ ਐਡਵਾਈਜ਼ਰ ਦੇ ਰੂਪ ਦੇ ਵਿੱਚ ਜਾਂ ਉਹਦੇ ਕੋਲ ਪੁੱਛਣ ਪੱਛਣ ਦੇ ਮੈਨੂੰ ਪਤਾ ਲੱਗਦਾ ਰਿਹਾ ਕਿ ਕਿਵੇਂ ਕਿਵੇਂ ਸਾਰੇ ਕੰਮ ਹੁੰਦੇ ਰਹੇ ਨੇ, 12-13 ਦੇ ਵਿੱਚ ਮੈਂਬਰ ਹੀ ਰਿਹਾ ਮੈਂ। ਜੀ ਅੱਗੇ ਕੀ ਹੁੰਦਾ ਸੀ ਕਿ ਜ਼ਿਲ੍ਹਾ ਭਾਸ਼ਾ ਅਫਸਰਾਂ ਰਾਹੀਂ ਉਹ ਕਨਫਰਮ ਕਰ ਲੈਂਦੇ ਸੀ, ਪੱਕਾ ਕਰ ਲੈਂਦੇ ਸੀ ਕਿ ਇਸ ਆਦਮੀ ਦਾ ਕੈਲੀਬਰ ਕੀ ਹੈ ਜਿਹਨੂੰ ਅਸੀਂ ਸੂਚੀ 'ਚ ਪ੍ਰਸਤਾਵਿਤ ਕਰ ਰਹੇ ਹਾਂ, ਜੀ ਜਾਂ ਉਹ ਬੰਦਾ ਇਨਾਮ ਲੈਣ ਲਈ ਤਿਆਰ ਵੀ ਹੈ ਕਿ ਨਹੀਂ ਹੈ ਜਾਂ ਉਹ ਜ਼ਿੰਦਾ ਵੀ ਹੈ ਕਿ ਨਹੀਂ ਹੈ। ਪਰ ਐਤਕੀ ਕੀ ਹੋਇਆ ਕਿ ਜਿਹੜੇ ਬੰਦਿਆਂ ਨੂੰ ਇਨਾਮ ਦੇਣ ਦੇ ਲਈ ਚੁਣ ਲਿਆ ਗਿਆ ਉਹਨਾਂ 'ਚ ਇੱਕ ਢਾਡੀ ਭਰਾ ਸੀ ਸਾਹਿਬ ਬਲਵੀਰ ਸਿੰਘ ਬਿਹਲਾ, ਜਿਹੜਾ ਬਰਨਾਲਾ ਜ਼ਿਲ੍ਹੇ ਦਾ ਇੱਕ ਬਹੁਤ ਨਾਮਵਰ ਢਾਡੀ ਸੀ ਆਪਣੇ ਵਕਤਾਂ ਦਾ, ਪਰ ਉਹ ਕੈਂਸਰ ਕਾਰਨ 2012 ਦੇ ਵਿੱਚ ਸੰਸਾਰ ਤੋਂ ਕੂਚ ਕਰ ਚੁੱਕਿਆ, ਜਾ ਚੁੱਕਿਆ, ਮਰ ਚੁੱਕਿਆ। ਅੱਛਾ ਜੀ, ਪਰ ਉਸ ਦਾ ਨਾਮ ਵੀ ਸੂਚੀ 'ਚ ਪੈ ਗਿਆ, ਜਿਹੜੇ ਬਾਕੀ ਪੁਰਸਕਾਰ ਪ੍ਰਾਪਤ ਕਰਤਾ ਸੀ ਉਹਨਾਂ ਦੇ ਵਿੱਚ ਬਲਵੀਰ ਸਿੰਘ ਬਿਹਲਾ ਦਾ ਨਾਮ ਵੀ ਪੈ ਗਿਆ। ਅੱਛਾ, ਅਖਬਾਰਾਂ ਵਾਲਿਆਂ ਨੇ ਫੋਟੋ ਛਾਪ ਦਿੱਤੀਆਂ ਕਿ ਬੜਾ ਸਾਨੂੰ ਮਾਣ ਹੈ ਕਿ ਸਾਡੇ ਜ਼ਿਲ੍ਹੇ ਦੇ 6 ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਨੂੰ ਐਤਕੀ ਸਨਮਾਨ ਕੀਤਾ ਜਾ ਰਿਹਾ। ਜੀ ਬਾਅਦ 'ਚ ਜਦੋਂ ਫੋਲਾਫਾਲੀ ਕੀਤੀ ਰਿਕਾਰਡ ਦੀ ਤਾਂ ਪਤਾ ਲੱਗਿਆ ਅਖਬਾਰਾਂ ਪੜ੍ਹ ਕੇ, ਜੋ ਪਰਿਵਾਰ ਨੇ ਜਦੋਂ ਸੰਪਰਕ ਕੀਤਾ ਹੈੱਡਕੁਆਰਟਰ ਨਾਲ ਕਿ ਦੱਸੋ ਜੀ ਬਾਪੂ ਸਾਡਾ ਤਾਂ ਗਿਆ ਮਰ ਤੇ ਹੁਣ ਸਾਡੀ ਬੇਬੇ ਨੂੰ ਪੈਸੇ ਦੇ ਦਿਓਗੇ, ਬੇਬੇ ਨੂੰ ਦਿਓਗੇ ਕਿ ਅਸੀਂ ਲੈਣ ਆਈ, ਮੁੰਡੇ ਕਹਿੰਦੇ ਅਸੀਂ ਲੈਣ ਆਈਏ। ਉਹ ਡਾਇਰੈਕਟਰ ਸਾਹਿਬਾਂ ਨੇ ਕਿਹਾ ਕਿ ਅਸੀਂ ਤਾਂ ਭਾਈ ਜਿਹੜੇ ਬੰਦੇ ਨੂੰ ਇਨਾਮ ਦੇਣਾ ਸੀ ਜੇ ਉਹ ਹੈ ਨਹੀਂ ਤਾਂ ਅਸੀਂ ਇਨਾਮ ਨਹੀਂ ਦੇ ਸਕਾਂਗੇ। ਫਿਰ ਮੈਨੂੰ ਚੇਤੇ ਆਇਆ ਕਿ ਕਈ ਸਾਲ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ, ਸਾਡੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਦੇਤਵਾਲ ਜਿੱਥੋਂ ਦਾ ਪਾਲੀ ਦੇਤਵਾਲੀ ਹੈ, ਇੱਥੋਂ ਦੇ ਇੱਕ ਬਜ਼ੁਰਗ ਢਾਡੀ ਹੁੰਦੇ ਸੀ ਗਿਆਨੀ ਸੁਦਾਗਰ ਸਿੰਘ ਬੇਪਰਵਾਹ, ਉਹਨਾਂ ਨੂੰ ਵੀ ਮਰਨ ਉਪਰੰਤ ਅਨਾਊਂਸਮੈਂਟ ਹੋ ਗਈ ਸੀ ਉਹਨਾਂ ਦੇ ਇਨਾਮ ਦੀ ਵੀ। ਇਹ ਗੱਲ ਮੇਰੇ ਖਿਆਲ ਉਦੋਂ ਦੀ ਹੈ ਜਦੋਂ ਮਨਜੀਤ ਸਿੰਘ ਕਲਕੱਤਾ ਵਜ਼ੀਰ ਸੀ। ਚਲੋ ਇਨਾਮ ਅਨਾਊਂਸ ਹੋ ਗਿਆ, ਉਦੋਂ ਬਾਅਦ 'ਚ ਇਲਾਕੇ ਦੇ ਵਿਧਾਇਕ ਸਨ ਸਾਡੇ ਸਰਦਾਰ ਮਕੀਰ ਸਿੰਘ ਦਾਖਾ, ਉਹਨਾਂ ਰਾਹੀਂ ਪਰਿਵਾਰ ਨੇ ਰਸਾਈ ਵੀ ਕੀਤੀ ਭਾਸ਼ਾ ਵਿਭਾਗ ਦੇ ਦਫ਼ਤਰ ਨਾਲ, ਸਿੱਖਿਆ ਮੰਤਰੀ ਨਾਲ ਵੀ। ਪਰ ਅਸੂਲ, ਕਿਉਂਕਿ ਰੂਲ ਜਿਹੜੇ ਨੇ ਅਲਾਓ ਨਹੀਂ ਕਰਦੇ ਕਿ ਜਿਹੜਾ ਮ੍ਰਿਤਕ ਹੈ ਉਸਨੂੰ ਪੁਰਸਕਾਰ ਦਿੱਤਾ ਜਾ ਸਕਦਾ, ਸੋ ਮੈਨੂੰ ਲੱਗਦਾ ਕਿ ਹੁਣ ਵੀ ਸਰਕਾਰ ਦਾ ਜਿਹੜਾ ਫੈਸਲਾ ਇਹੀ ਹੋਏਗਾ ਕਿ ਅਸੀਂ ਇਹ ਪੁਰਸਕਾਰ ਨਹੀਂ ਦੇ ਸਕਾਂਗੇ, ਕਿਉਂਕਿ ਕਾਨੂੰਨ ਜਾਂ ਵਿਧਾਨ ਜਿਹੜਾ ਬਣਿਆ ਹੋਇਆ ਉਹ ਅਲਾਓ ਨਹੀਂ ਕਰਦਾ। ਪਰ ਸਵਾਲ ਤੇ ਪੈਦਾ ਇਹ ਹੁੰਦਾ ਹੈ ਕਿ ਇਹੋ ਜਿਹੀ ਉਕਾਈ ਹੋ ਗਈ ਕਿਉਂ, ਜਿਹਦੇ 'ਚ ਸਰਕਾਰ ਦੀ ਵੀ ਕਿਰਕਿਰੀ ਹੋਵੇ ਔਰ ਜੀ ਜਿਹਦੇ 'ਚ ਬੇਸਵਾਦੀ ਸਾਰੇ ਐਡਵਾਈਜ਼ਰੀ ਬੋਰਡ ਦੀ ਵੀ ਹੋਵੇ। ਪਰ ਐਡਵਾਈਜ਼ਰੀ ਬੋਰਡ 'ਚ ਜਦੋਂ ਹੁਣ ਸਕਰੀਨਿੰਗ ਕਮੇਟੀ ਬਣਦੀ ਹੈ, ਸਕਰੀਨਿੰਗ ਕਮੇਟੀ 'ਚ ਬੰਦਿਆਂ ਨੂੰ ਘੱਟੋ ਘੱਟ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਜਿਹਨਾਂ ਬੰਦਿਆਂ ਦਾ ਨਾਮ ਸ਼ਾਰਟ ਲਿਸਟ ਕਰ ਰਹੇ ਹਾਂ ਉਹ ਬੰਦੇ ਜਿਉਂਦੇ ਵੀ ਕਿ ਨਹੀਂ ਜਿਉਂਦੇ, ਉਸ ਕੈਟਾਗਰੀ ਦੇ ਬੰਦੇ ਤਾਂ ਘੱਟੋ ਘੱਟ ਪਤਾ ਹੋਣਾ ਚਾਹੀਦਾ ਕਿ ਮੈਂ ਜਿਹਨੂੰ ਸ਼ਾਰਟ ਲਿਸਟ ਕਰ ਰਿਹਾ ਉਸ ਬੰਦੇ ਦਾ ਸਟੇਟਸ ਕੀ, ਉਹ ਬੰਦਾ ਜਿਉਂਦਾ ਕਿ ਮਰਿਆ ਹੋਇਆ, ਮੰਜੇ ਤੇ ਕਿ ਮੰਜੇ ਤੋਂ ਥੱਲੇ ਆ ਕਿ ਕਬਰ ਦੇ ਥੱਲੇ ਆ ਕਿ ਬੜੀਆਂ 'ਚ ਜਾ ਚੁੱਕਿਆ। ਸੋ ਇਸ ਕਰਕੇ ਇਹ 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 ਅਣਗਹਿਲੀ ਜਿਹੜੀ ਹੈਗੀ ਹੈ ਇਹ ਨਾ ਕਾਬਲੇ ਬਰਦਾਸ਼ਤ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਉਕਾਈ ਕਰਨ ਵਾਲਾ ਇਕੱਲਾ ਡਾਇਰੈਕਟੋਰੇਟ ਹੀ ਨਹੀਂ ਹੈਗਾ, ਇਸ ਵਿੱਚ ਉਕਾਈ ਕਰਨ ਵਾਲਾ ਚੋਣ ਕਰਤਾ ਵੀ ਉਨੇ ਹੀ ਨੇ, ਜਿਹੜੇ ਸਕਰੀਨਿੰਗ ਕਮੇਟੀ ਵਾਲੇ ਵੀ ਉਨੇ ਹੀ ਨੇ, ਔਰ ਇਹੋ ਜਿਹੀ ਉਕਾਈ ਨਾਲ ਸ਼ਰਮਿੰਦਗੀ ਦਾ ਮੂੰਹ ਵੇਖਣਾ ਪੈਂਦਾ, ਜਿਹੜਾ ਮੈਨੂੰ ਲੱਗਦਾ ਕਿ ਥੋੜ੍ਹੇ ਸੁਚੇਤ ਹੋ ਕੇ ਵੀ ਜੇ ਕੀਤਾ ਜਾਵੇ ਕੰਮ ਤਾਂ ਕੋਈ ਮੁਸ਼ਕਲ ਨਹੀਂ ਹੈਗਾ ਇਹ ਟਰੇਸ ਆਊਟ ਕਰਨਾ। ਸਾਰਾ ਕੁੱਲ ਮਿਲਾ ਕੇ ਪ੍ਰਪੋਜ਼ਲਸ 100-150 ਬੰਦੇ ਦੀਆਂ ਪ੍ਰਪੋਜ਼ਲ ਸਾਰੀਆਂ, 150 ਬੰਦੇ ਦਾ 22 ਜ਼ਿਲ੍ਹੇ ਨੇ ਤੁਹਾਡੇ ਕੋਲ, 22 ਜ਼ਿਲ੍ਹਿਆਂ 'ਚ ਜ਼ਿਲ੍ਹਾ ਭਾਸ਼ਾ ਅਫਸਰ ਕਿਸੇ ਕੋਲ 4 ਜਾਂ ਕੋਈ ਪੱਕਾ ਕੋਈ ਕੱਚਾ, ਉਹਨਾਂ ਦੇ ਢਾਂਚੇ ਰਾਹੀਂ ਪਤਾ ਕਰਨਾ ਕੀ ਔਖਾ, ਕੋਈ ਔਖਾ ਨਹੀਂ। ਪਰ ਇਹੋ ਜਿਹਾ ਹੋਮਵਰਕ ਹੋਇਆ ਹੋਇਆ ਨਹੀਂ ਸੀ, ਇੱਥੋਂ ਤੱਕ ਕੁਛ ਬੰਦੇ ਆ ਜਿਹੜੇ ਨਾਮ ਮਿਲੇ ਨੇ ਉਹਨਾਂ ਨੂੰ
ਉਹਨਾਂ ਦੇ ਬਾਰੇ 'ਚ ਜਿਹੜੇ ਬਾਇਓਡਾਟਾਸ ਨੇ ਉਹ ਵੀ ਕਰੈਕਟ ਨਹੀਂ ਹੈ, ਸਹੀ ਨਹੀਂ ਹੈਗੇ। ਕਿਸੇ ਦਾ PhD ਸੀ ਇੱਕ ਉਸਨੇ ਕਿਤਾਬ ਦੇ ਰੂਪ 'ਚ ਵੀ ਸ਼ੋਅ ਕੀਤਾ ਹੋਇਆ, ਹੋਰ ਤੋਂ ਬਿਨਾਂ ਪ੍ਰਾਪਤੀ ਕੋਈ ਨਹੀਂ। ਕਿਸੇ ਦਾ ਘਰ ਵਾਲਾ ਐਡਵਾਈਜ਼ਰੀ ਬੋਰਡ ਦਾ ਮੈਂਬਰ ਹੈ, ਉਹਦੀ ਬੀਵੀ ਨੂੰ ਨਾਮ ਮਿਲ ਰਿਹਾ, ਇੱਕ ਦਿਨ ਪਹਿਲਾਂ ਬੰਦਾ ਅਸਤੀਫਾ ਦੇ ਰਿਹਾ, ਕਿਸੇ ਦਾ ਕੁਛ, ਕਿਸੇ ਦਾ ਕੁਛ। ਇਸ ਕਿਸਮ ਦਾ ਜਿਹੜਾ ਕੱਚ ਘਰੜ ਕਿਸਮ ਦਾ ਜਿਹੜਾ ਇੱਕ ਵਿਹਾਰ ਹੈ, ਉਹ ਅਲਟੀਮੇਟਲੀ ਸਰਕਾਰ ਦੇ ਨਿਜ਼ਾਮ ਤੇ ਵੀ ਹਰਫ ਕਰਦਾ। ਇਹ ਮਤ ਸੋਚੀਏ ਕਿ ਸਿਆਸਤਦਾਨ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ। ਇਹ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ, ਮੰਤਰੀ ਜੀ ਨੂੰ ਜਾਂ ਹੋਰ ਲੋਕਾਂ ਨੂੰ, ਕਿ ਅਸੀਂ ਇਹੋ ਜਿਹੀਆਂ ਉਕਾਈਆਂ ਹੋਣ ਤੋਂ ਪਹਿਲਾਂ ਹੀ ਪੇਸ਼ਬੰਦੀਆਂ ਕਰੀਏ, ਤਾਂ ਕਿ ਅਸੀਂ, ਕਿਉਂਕਿ ਇਹ ਕੋਈ ਰੁਤਬਾ ਨਹੀਂ ਹੈਗਾ ਐਡਵਾਈਜ਼ਰੀ ਬੋਰਡ ਦੀ ਮੈਂਬਰੀ, ਇਹ ਜ਼ਿੰਮੇਵਾਰੀ। ਪਰ ਜ਼ਿੰਮੇਵਾਰੀ ਜੇ ਨਹੀਂ ਨਿਭੀ ਤਾਂ ਉਹਦੇ ਨਾਲ ਅੱਜ ਕਿਰਕਿਰੀ ਮੀਡੀਆ 'ਚ ਹੋ ਰਹੀ ਹੈ, ਅੱਜ ਕੁਛ ਅਖਬਾਰਾਂ ਨੇ ਖਬਰਾਂ ਛਾਪੀਆਂ ਨੇ, ਕੱਲ੍ਹ ਨੂੰ ਕੋਈ ਹੋਰ ਅਖਬਾਰ ਛਾਪਣਗੇ। ਕੁੱਲ ਮਿਲਾ ਕੇ ਲੱਗਣਾ ਇਹ ਹੈ ਕਿ ਨਲਾਇਕ ਮਹਿਕਮਾ, ਜਦਕਿ ਹੈ ਅਣਗਹਿਲੀ ਹੈ, ਨਲਾਇਕੀ ਦੇ ਮੈਂ ਕਹਿ ਨਹੀਂ ਸਕਦਾ, ਪਰ ਅਣਗਹਿਲੀ ਬਹੁਤ ਵੱਡੀ ਹੈ, ਇਹ ਨਹੀਂ ਹੋਣੀ ਚਾਹੀਦੀ। ਸੋ ਇਹ ਇੱਕ ਘਟਨਾ ਵਾਪਰੀ ਜਿਹੜੀ ਮੈਨੂੰ ਲੱਗਦਾ ਕਿ ਬਹੁਤ ਹੀ ਚੰਗੀ ਨਹੀਂ ਵਾਪਰੀ। ਜੀ, ਭਾਜਪਾ ਦੇ ਆਗੂ ਲੀਡਰ ਜਿਹੜੇ ਨੇ ਜੇਪੀ ਨੱਡਾ ਜੀ, ਉਹਨਾਂ ਦੇ ਉੱਤੇ ਅਟੈਕ ਹੋਇਆ ਜੀ, ਉਹਦੇ ਬਾਰੇ ਜਾਣਕਾਰੀ ਦਿਓ ਜੀ। ਆਗੂ ਕਿਉਂ ਨੇ ਜੀ, ਉਹ ਪ੍ਰਧਾਨ ਨੇ ਪੂਰੇ ਮੁਲਕ ਦੇ, ਉਹਨਾਂ ਦੀ ਪ੍ਰਧਾਨਗੀ ਥੱਲੇ ਸਰਕਾਰ ਚੱਲ ਰਹੀ ਮੁਲਕ 'ਚ, 6ਵਾਂ ਸਾਲ ਚੱਲ ਰਿਹਾ ਜੀ ਉਸ ਸਰਕਾਰ ਦਾ। ਔਰ ਜੇਪੀ ਨੱਡਾ 2 ਦਿਨ ਦੇ ਦੌਰੇ ਤੇ ਗਏ ਸੀ ਬੰਗਾਲ 'ਚ, ਔਰ ਉਹਨਾਂ ਨੇ ਜਦੋਂ ਆਪਣਾ ਇੱਕ ਏਰੀਆ ਉੱਥੇ ਕਲਕੱਤੇ 'ਚ ਡਾਇਮੰਡ ਹਾਰਬਰ, ਉਸ ਏਰੀਆ 'ਚ ਜਦੋਂ ਕਾਫਲਾ ਜਾ ਰਿਹਾ ਸੀ, ਉਹਨਾਂ ਦੀ ਕਾਨਵਾਈ ਜਾ ਰਹੀ ਸੀ, ਤਾਂ ਕੁਛ ਲੋਕਾਂ ਨੇ, ਸ਼ਰਾਰਤੀ ਅਨਸਰਾਂ ਨੇ ਉਹਨਾਂ ਤੇ ਪੱਥਰਬਾਜ਼ੀ ਕੀਤੀ, ਔਰ ਉਹਨਾਂ ਦੇ ਨਾਲ 2 ਸੈਕਟਰੀ ਸਨ ਉਹਨਾਂ ਦੇ ਨੈਸ਼ਨਲ ਪੱਧਰ ਦੇ, ਕੈਲਾਸ਼ ਵਿਜੇ ਵਰਗੀ ਹੈ, ਔਰ ਦੂਸਰਾ ਸੀ ਰੱਬ ਤੁਹਾਡਾ ਭਲਾ ਕਰੇ ਬੰਗਾਲੀ ਮੁਕੁਲ ਰਾਏ, ਜਿਹੜਾ ਕਿਸੇ ਵੇਲੇ ਰੇਲਵੇ ਮੰਤਰੀ ਹੈ ਮਨਮੋਹਨ ਸਿੰਘ ਸਰਕਾਰ ਸ਼ਾਇਦ, ਤੇ ਉਹ ਮੇਰੇ ਖਿਆਲ ਤ੍ਰਿਣਮੂਲ ਕਾਂਗਰਸ ਦਾ ਮੈਂਬਰ ਹੁੰਦਾ ਸੀ ਉਦੋਂ, ਤੇ ਹੁਣ ਇਹ ਹੈ, ਉਹ ਵੀ ਜ਼ਖਮੀ ਹੋਏ ਨੇ ਦੋਵੇਂ ਜਣੇ। ਔਰ ਗਵਰਨਮੈਂਟ ਆਫ ਇੰਡੀਆ ਦੇ ਜਿਹੜਾ ਹੋਮ ਮਿਨਿਸਟਰੀ, ਉਹਨਾਂ ਨੇ ਰਿਪੋਰਟ ਮੰਗ ਲਈ ਸਟੇਟ ਗਵਰਨਮੈਂਟ ਤੋਂ ਕਿ ਸਾਰਾ ਕੁਝ ਵਾਪਰਿਆ, ਕਿਉਂ ਦੀ ਸਿਕਿਉਰਿਟੀ ਕਿਉਂ ਨਹੀਂ ਪ੍ਰੋਪਰ ਕੀਤੀ, ਉਹ ਸਾਰਾ ਡੈਕੋਰਮ ਕਿਉਂ ਨਹੀਂ ਮੇਨਟੇਨ ਕੀਤਾ ਜਿਹੜਾ ਉਹਨਾਂ ਦਾ ਬਲੂ ਬੁੱਕ ਮੁਤਾਬਕ ਬਣਦਾ। ਦੂਸਰੇ ਪਾਸੇ ਗਵਰਨਰ ਨੇ ਜਿਹੜੇ ਉੱਥੋਂ ਦੇ ਵਿਜੇ ਜਗਦੀਪ ਧਨਕਰ, ਉਹਨਾਂ ਨੇ ਵੀ ਕਿਹਾ ਕਿ ਇਹ ਕੋਈ ਚੰਗੀ ਘਟਨਾ ਨਹੀਂ ਵਾਪਰੀ, ਔਰ ਸੂਬਾ ਸਰਕਾਰ ਨੂੰ ਕਿਹਾ ਕਿ ਤੁਰੰਤ ਇਹੋ ਜਿਹੀਆਂ ਹਰਕਤਾਂ ਰੋਕੀਆਂ ਜਾਣ। ਪਰ ਦੂਜੇ ਬੰਨੇ ਜਿਹੜਾ ਉੱਥੋਂ ਦੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਮੈਂਬਰ ਨੇ ਰਾਜਕਾਰ ਦੀ ਪਾਰਟੀ ਦੇ, ਉਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵੀ ਕਈ ਥਾਈਂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ, ਕਿਉਂਕਿ ਇਲੈਕਸ਼ਨਾਂ 2021 ਦੇ ਵਿੱਚ ਨੇ ਬੰਗਾਲ ਦੇ ਵਿੱਚ, ਉਹ ਜਿਹੜੇ ਰੱਸਾਕਸ਼ੀ ਲੋਕ ਕ੍ਰਸ਼ ਹੋ ਰਹੇ ਨੇ, ਔਰ ਲੋਕਾਂ ਦਾ ਜਿਹੜਾ ਜੀਣ ਦੁੱਭਰ ਕੀਤਾ ਪਿਆ ਇਸ ਤਣਾਓ ਨੇ। ਸੋ ਇਸ ਤਣਾਓ ਤੋਂ ਮੁਕਤ ਕਰਨ ਵਾਸਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੱਥੀਂ ਪੈਣ ਵਾਲਾ ਕਿਰਦਾਰ ਤਿਆਗਣਾ ਚਾਹੀਦਾ। ਔਰ ਪੱਥਰਬਾਜ਼ੀ ਕਰਕੇ ਤੁਸੀਂ ਕੀ ਖੱਟਿਆ? ਤੁਸੀਂ ਇਨਸਲਟ ਥੋੜੀ ਕੀਤੀ ਹੈ, ਤੁਸੀਂ ਤਾਂ ਆਪਣੇ ਆਪ ਦਾ ਜਲੂਸ ਕੱਢਿਆ ਕਿ ਸਾਡੇ ਕੋਲ ਸਹਿਨਸ਼ੀਲਤਾ ਹੈ ਨਹੀਂ। ਜੀ ਔਰ ਜੇਪੀ ਨੱਡਾ ਉੱਤੇ ਹੋਏ ਹਮਲੇ ਦੀ ਮੈਂ ਵੀ ਨਿੰਦਿਆ ਕਰਦਾ, ਔਰ ਨਿੰਦਿਆ ਕਰਨੀ ਇਸ ਕਰਕੇ ਵੀ ਬਣਦੀ ਹੈ ਕਿ ਤੁਸੀਂ ਬੰਦੇ ਨੂੰ ਵਿਚਾਰ ਨਾਲ ਹਰਾ ਸਕਦੇ ਹੋ, ਬੰਦੇ ਨੂੰ ਤੁਸੀਂ ਹਥਿਆਰ, ਗੁੱਸੇ ਵਾਲਾ ਹਥਿਆਰ ਜਿਹੜਾ ਇੱਕ ਪੱਥਰਬਾਜ਼ੀ ਜਾਂ ਹੋਰ ਕੁਛ ਕੀਤਾ, ਇਹਦੇ ਨਾਲ ਤੁਸੀਂ ਆਪਣੇ ਆਪ ਤੇ ਜ਼ਬਤ ਨਹੀਂ ਰੱਖਿਆ, ਡਿਸਿਪਲਿਨ ਨਹੀਂ ਰਹੇ, ਜਿਹਦਾ ਨੁਕਸਾਨ ਅਲਟੀਮੇਟਲੀ ਤੁਹਾਡੇ ਫਿਊਚਰ ਤੇ ਵੀ ਪੈਣ ਦੀਆਂ ਸੰਭਾਵਨਾ ਬਣ ਜਾਂਦੀ ਹੈ। ਜੀ, ਇੱਕ ਕਿਸਾਨ ਅੰਦੋਲਨ ਦੀ ਆਪਾਂ ਦੁਬਾਰਾ ਗੱਲ ਕਰਦੇ ਹਾਂ, ਕਿਸਾਨ ਸੰਘਰਸ਼ ਦੀ ਇੱਕ ਨਵੀਂ ਜਿਹੜੀ ਹੈ ਜੀ ਮੁਹਿੰਮ, ਜਾਟ ਲੈਂਡ ਜਿਹਨੂੰ ਕਹਿ ਸਕਦੇ ਹਾਂ, ਕਿ ਜਾਟਾਂ ਦੇ ਵਿੱਚ ਵੀ ਹੌਲੀ ਹੌਲੀ ਜਿਹੜਾ ਜੀ ਗੁੱਸਾ ਵੱਧਦਾ ਜਾ ਰਿਹਾ ਸਰਕਾਰ ਪ੍ਰਤੀ, ਅਤੇ ਉਹ ਵੀ ਜਿਹੜੇ ਨੇ ਐਕਟਿਵ ਹੋ ਰਹੇ ਨੇ, ਉਹਦੇ ਬਾਰੇ ਥੋੜੀ ਜਿਹੀ ਗੱਲ ਸਭ ਆਪਾਂ ਗੱਲ ਕਰਨਾ ਚਾਹੁੰਦੇ ਹਾਂ। ਦੇਖੋ, ਹਰਿਆਣਾ ਦੇ ਵਿੱਚ ਜਿਹੜੇ ਜਾਟ ਵੀਰ ਨੇ, ਅਕਾਲੀ ਭਾਰੂਖੇੜਾ ਦੇ ਇੱਕ ਆਗੂ ਸਨ, ਸਰ ਭੁਪਿੰਦਰ ਸਿੰਘ ਸ਼ਾਇਦ ਨਾਂ ਸੀ ਉਹਨਾਂ ਦਾ, ਔਰ ਇਸੇ ਤਰ੍ਹਾਂ ਨਾਲ ਹੀ ਰਕੇਸ਼ ਟਿਕੈਤ ਜਿਹੜੇ ਵੈਸਟਰਨ ਯੂਪੀ ਦੇ ਬਹੁਤ ਵੱਡੇ ਲੀਡਰ ਨੇ, ਔਰ ਗੁਰਨਾਮ ਸਿੰਘ ਭਾਵੇਂ ਸਰਦਾਰ ਨੇ, ਜੱਟ ਨੇ ਹਰਿਆਣਾ ਦੇ ਵਿੱਚ, ਉਹਨਾਂ ਦੀ ਵੀ ਲਹਿਰ ਬੜੀ ਮਜ਼ਬੂਤ ਕੀਤੀ ਸੀ, ਕਿਸਾਨ ਲਹਿਰ। ਔਰ ਇਹ ਮੈਂ ਪਹਿਲਾਂ ਗੱਲ ਜਿਵੇਂ ਕੀਤੀ ਹੈ ਕਿ ਜਿਹੜੀਆਂ ਜਾਟ ਖਾਪਾਂ ਨੇ ਖਾਸ ਕਰਕੇ, ਉਹ ਜਦੋਂ ਦਬਾਅ ਵਧਾਉਂਦੀਆਂ ਨੇ ਪੋਲੀਟੀਕਲ ਸਿਸਟਮ ਦੇ ਉੱਤੇ, ਤਾਂ ਉਹਨਾਂ ਦੇ ਗ੍ਰਿਪ ਤੋਂ ਬਚ ਸਕਣਾ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਔਰ ਉਹਨਾਂ ਨੂੰ ਜਿੰਨਾ, ਜਿਵੇਂ ਉਹ ਆਉਂਦਾ ਨਾ ਸ਼ਬਦ ਆਉਂਦਾ ਕਿ ਜਵੇ ਬਾਣ ਲਾਗੇ ਤਾਂ ਫਿਰ ਉਸ 'ਚ ਆਗੇ, ਉਹ ਜਿੰਨਾ ਉਹਨਾਂ ਨੂੰ ਦਬਦੇ ਹੋ ਤੁਸੀਂ, ਉਹਨਾਂ ਹੀ ਉਹ ਤਕੜੇ ਹੋ ਕੇ ਉੱਭਰ ਕੇ ਸਾਹਮਣੇ ਆਉਂਦੇ ਨੇ। ਇਸ ਕਰਕੇ ਸਪਰਿੰਗ ਵਾਲਾ ਹਾਲ ਹੈ ਵੀ ਜਿਹੜਾ ਸਪਰਿੰਗ ਥੱਲੇ ਦਬੋ ਉਹਨੇ ਵੁੜਕ ਕੇ ਉੱਪਰ ਨੂੰ ਜਾਂਦਾ। ਇਸ ਤਰ੍ਹਾਂ ਨਾਲ ਜਿਹੜੀ ਜਾਟ ਮੈਂਟੈਲਿਟੀ ਹੈ, ਉਹ ਜੱਟ ਮੈਂਟੈਲਿਟੀ ਨਾਲ ਕਿਸੇ ਤਰ੍ਹਾਂ ਦਾ ਫਰਕ ਨਹੀਂ ਹੈਗਾ, ਬਿਲਕੁਲ ਖੂਨ ਇੱਕੋ ਹੀ, ਸਿਰਫ ਪੱਗ ਦੇ ਫਰਕ ਹੈ, ਉਹਨਾਂ ਦੇ ਸਿਰ ਤੇ ਪੱਗ ਵਾਲਾਂ ਵਾਲੀ ਹੈ ਜਾਂ ਸਿਰੋਂ ਨੰਗੇ ਨੇ, ਸਾਡੇ ਜਿਹੜਾ ਪੱਗ ਦਾ ਚਿਣ ਕੇ ਬਾਅਦ ਬੋਲ ਲੈਂਦੇ ਨੇ, ਇੰਨਾ ਕੀ ਫਰਕ ਹੈ, ਬਾਕੀ ਖੂਨ ਇੱਕੋ ਹੀ ਹੈ। ਇਸ ਕਰਕੇ ਉਸ ਜਾਟ ਲੈਂਡ ਦੇ ਵਿੱਚ ਇਸ ਪ੍ਰੋਟੈਸਟ ਦਾ ਜਿਹੜਾ ਅਧਿਕਾਰ ਖੁਸ ਰਿਹਾ,
ਹਰਿਆਣਾ ਖਾਸ ਕਰਕੇ ਉਸ ਦੀ ਹਕੂਮਤ ਰਾਹੀਂ ਉਹਦੇ ਖਿਲਾਫ ਇੱਕ ਬੜੀ ਕਾਸ ਕਿਸਮ ਦਾ ਉਬਾਲਾ ਜਿਹੜਾ ਲਾਵੇ ਵਾਂਗ ਸਾਹਮਣੇ ਆਉਣ ਦੀਆਂ ਸੰਭਾਵਨਾ ਬਣ ਗਈਆਂ ਨੇ। ਔਰ ਇਹਦੇ ਨਾਲ ਲੱਗਣ ਜਿਹੜਾ ਰਾਜਸਥਾਨ ਦਾ ਇਲਾਕਾ ਹੈ ਪਰਲੇ ਪਾਸੇ ਚਰਖੀ ਦਾਦਰੀ ਤੋਂ ਪਰਾਂ ਨੂੰ, ਉਧਰ ਵੀ ਲੋਕਾਂ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਦਾ ਜਲਵਾ ਦਿਸਣ ਨੂੰ ਬਹੁਤ ਨੇੜੇ ਲੱਗ ਰਿਹਾ, ਕਿਉਂਕਿ ਇਹ ਪੰਜਾਬ ਦੀ ਅਗਵਾਈ ਇੱਕ ਵੱਡੇ ਵੀਰ ਵਾਂਗ ਪ੍ਰਵਾਨ ਕਰ ਲਈ ਹਰਿਆਣੇ ਦੇ ਆਗੂਆਂ ਨੇ। ਔਰ ਬਾਰ ਬਾਰ ਕਹਿੰਦੇ ਨੇ ਜਿਹੜੀ ਅੱਜ ਸਭ ਤੋਂ ਵੱਡੀ ਡਿਵੈਲਪਮੈਂਟ ਹੋਈ ਹੈ ਖਾਸ ਕਰਕੇ ਮੁਕਤਸਰ ਦੇ ਇੱਕ ਨੌਜਵਾਨ ਹੈਪੀ ਖੇੜਾ ਨੇ ਜਿਹੜਾ ਕੰਮ ਕੀਤਾ, ਉਹ ਮੈਨੂੰ ਲੱਗਦਾ ਕਿ ਇਤਿਹਾਸ ਦੇ ਸਫ਼ੇ ਤੇ ਬਹੁਤ ਗੂੜੇ ਅੱਖਰਾਂ 'ਚ ਲਿਖਿਆ ਜਾਏਗਾ। ਉਹ ਇੱਕ ਬੈਨਰ ਬਣਾ ਕੇ ਜਿਹਦੇ ਉੱਤੇ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਦੀ ਤਸਵੀਰ ਸੀ, ਪਰ ਹੇਠਾਂ ਲਿਖਿਆ ਹੋਇਆ ਸੀ ਕਿ ਮੈਂ ਹਿੰਦੂ ਖਾਲਿਸਤਾਨੀ ਹੈ। ਹਿੰਦੂ ਖਾਲਿਸਤਾਨੀ ਲਿਖਣ ਦਾ ਕਾਰਨ ਉਹਨੇ ਇਹ ਦੱਸਿਆ ਕਿ ਆਹ ਵੇਖੋ ਬਜ਼ੁਰਗ ਮਾਂ ਹੈ ਮਹਿੰਦਰ ਕੌਰ ਜਿਹਦੀ ਉਮਰ 85 ਸਾਲ ਹੈ, ਆਹ ਵੇਖੋ ਬਜ਼ੁਰਗ ਜਿਹਦੀ ਬਾਂਹ ਕਿਸੇ ਖੇਤੀ ਹਾਦਸੇ 'ਚ ਕੱਟੀ ਗਈ ਸੀ, ਇਹਦੀ ਉਮਰ 80 ਸਾਲ ਤੋਂ ਉੱਤੇ ਹੈ। ਜੇ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਹੋ ਤਾਂ ਮੈਂ ਇਹ ਗੱਲ ਕਹਿਣ ਨੂੰ ਕਿਸੇ ਤਰ੍ਹਾਂ ਦੇ ਵਿੱਚ ਝਿਜਕਾਂਗਾ ਨਹੀਂ ਕਿ ਮੈਂ ਵੀ ਹਿੰਦੂ ਖਾਲਿਸਤਾਨੀ ਹਾਂ, ਮੈਨੂੰ ਹਿੰਦੂ ਖਾਲਿਸਤਾਨੀ ਡਿਕਲੇਅਰ ਕਰੋ। ਉਹਨੇ ਹੈਪੀ ਖੇੜਾ ਨੇ ਇਹ ਗੱਲ ਆਖੀ ਕਿ ਜੇ ਅੰਨਦਾਤਾ ਹੀ ਤੁਹਾਨੂੰ ਖਾਲਿਸਤਾਨੀ ਲੱਗਦਾ ਤੇ ਤੁਹਾਨੂੰ ਇਹਦਾ ਮਤਲਬ ਵੀ ਇਸ ਧਰਤੀ ਦੇ ਉੱਤੇ ਬੰਦੇ ਕੋ ਬੰਦੇ ਦੀ ਪਛਾਣ ਹੀ ਹੈ ਨਹੀਂ। ਉਹ ਕਹਿੰਦਾ ਕਿ ਇਸ ਮਹਾਂ ਅੰਦੋਲਨ ਨੇ ਪੰਜਾਬ ਨੂੰ ਹੀ ਨਹੀਂ ਪੂਰੇ ਮੁਲਕ ਦੀ ਵਤਨ ਦੀ ਮਿੱਟੀ ਨੂੰ ਜਗਾਇਆ। ਉਹਨੇ ਇੱਥੋਂ ਤੱਕ ਵੀ ਕਿਹਾ ਕਿ ਸਾਨੂੰ ਲੀਡਰਾਂ ਨੇ ਹੁਣ ਤੱਕ ਪਾੜਿਆ ਔਰ ਇਸ ਅੰਦੋਲਨ ਨੇ ਜੋੜਿਆ। ਸ਼ਾਇਦ ਇਸੇ ਕਰਕੇ ਇਸ ਅੰਦੋਲਨ ਦੇ ਵਿੱਚ ਹਿੰਦੂ ਵੀ ਨੇ, ਸਿੱਖ ਵੀ ਨੇ, ਮੁਸਲਿਮ ਵੀ ਨੇ, ਈਸਾਈ ਵੀ ਨੇ, ਪੜ੍ਹੇ ਲਿਖੇ ਵੀ ਨੇ, ਅਨਪੜ੍ਹ ਵੀ ਨੇ, ਧੀਆਂ ਵੀ ਨੇ, ਭੈਣਾਂ ਵੀ ਨੇ, ਮਾਵਾਂ ਵੀ ਨੇ, ਔਰ ਪੁੱਤਰ ਧੀਆਂ ਦੇ ਨਾਲ ਨਾਲ ਨਿੱਕੇ ਨਿੱਕੇ ਬੱਚੜੇ ਵੀ ਨੇ, ਜੇ ਸਾਰੇ ਹੀ ਇਹਦੇ ਸ਼ਾਮਿਲ ਨੇ, ਪਰਦੇਸੀ ਵੀ ਨੇ, ਦੇਸੀ ਵੀ ਨੇ, ਤਾਂ ਇਹਦੀ ਅੱਖ ਨੂੰ ਪਛਾਣਨ ਦੀ ਲੋੜ ਹੈ, ਇਹਨੂੰ ਰੋਲਣ ਦੀ ਲੋੜ ਨਹੀਂ। ਇੱਕ ਉਹਨੇ ਗੱਲ ਕਹੀ ਕਿ ਮੈਨੂੰ, ਮੈਂ ਸ਼ਾਇਦ ਨਾ ਆਉਂਦਾ, ਮੈਨੂੰ ਮੇਰੇ ਬਾਪ ਨੇ ਕਿਹਾ ਜਿਹਦੀ ਉਮਰ 82 ਸਾਲ ਹੈ ਕਿ ਪੁੱਤਰਾ ਜੇ ਹੁਣ ਨਹੀਂ ਤੂੰ ਜਾ ਕੇ ਇਹ ਗੱਲ ਕਰੇਗਾ ਤਾਂ ਕਰੇਗਾ ਕਦੋਂ। ਜਦੋਂ ਬਾਪੂ ਤੋਰਦਾ ਨਾ ਕਿਸੇ ਪੁੱਤਰ ਨੂੰ ਕਿ ਜਾ ਪੁੱਤ ਸੰਘਰਸ਼ੀ ਲੋਕਾਂ ਦੇ ਨਾਲ ਜਾ ਕੇ ਸੋਲੀਡਰਿਟੀ ਆਪਣੀ ਇੱਕ ਮੁੱਠਤਾ ਦਿਖਾ, ਤਾਂ ਉਦੋਂ ਧਰਤੀ ਬੋਲਦੀ ਹੈ, ਉਦੋਂ ਕੋਈ ਕਿਸੇ ਦਾ ਚੱਕਿਆ ਚੁਕਾਇਆ ਨਹੀਂ ਬੰਦਾ ਗੱਲ ਕਰਦਾ। ਸੋ ਮੈਂ ਹੈਪੀ ਖੇੜਾ ਦੀ ਇਸ ਜ਼ਰੂਰਤਮੰਦੀ ਨੂੰ ਸਲਾਮ ਆਖਦਾ ਔਰ ਉਸਦੀ ਦਲੇਰੀ ਨੂੰ ਬਹੁਤ ਇੱਕ ਵੱਖਰੇ ਭਵਿੱਖ ਦੇ ਰੋਸ਼ਨ ਚਿਰਾਗ ਵਾਂਗ ਵੇਖ ਕੇ ਬਹੁਤ ਆਨੰਦਿਤ ਹਾਂ। ਜੀ ਗਿੱਲ ਸਾਹਿਬ, ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਹੈ ਜੀ, ਕੋਈ ਹੋਰ ਖਬਰ ਕੋਈ ਸੂਚਨਾ ਰਹਿ ਗਈ ਹੋਵੇ? ਹਾਂ, ਦੋ ਕੁ ਨਿੱਕੀਆਂ ਨਿੱਕੀਆਂ ਖਬਰਾਂ ਨੇ ਜੀ। ਇੱਕ ਤਾਂ ਇਹ ਕਿ ਅੱਜ ਇੱਕ ਅਫਵਾਹ ਬੜੀ ਗਰਮ ਹੋਈ ਹੋਈ ਪਰਸੋਂ ਦੀ ਜੀ, ਕਿ ਦੁਨੀਆ ਭਰ 'ਚ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜਿਹੜੇ ਨੇ ਬਹੁਤ ਸਿੱਖ ਨੇ, ਇਹ ਸੱਚ ਹੈ ਕਿ ਉਹ ਬਿਮਾਰ ਤਾਂ ਹੈਗੇ ਨੇ। ਲਗਭਗ 10 ਕੁ ਦਿਨ ਪਹਿਲਾਂ ਉਹਨਾਂ ਨੂੰ ਕੋਰੋਨਾ ਵਾਇਰਸ ਦਾ ਅਟੈਕ ਹੋ ਗਿਆ ਸੀ ਪਰਿਵਾਰ ਦੇ ਕਿਸੇ ਜੀਵ ਹੋਣ ਕਰਕੇ, ਜੀ ਪਰ ਉਹਦੇ ਨਾਲ ਉਹ ਤੰਗ ਰਹੇ ਹਨ। ਉਹਨਾਂ ਦਾ ਅਸਲ 'ਚ ਕੋਈ ਮੈਡੀਸਨ ਜਿਹੜੀ ਉਹਨਾਂ ਨੂੰ ਕੋਈ ਸਖ਼ਤ ਮਿਲ ਗਈ, ਜਿਹਦੇ ਕਰਕੇ ਉਹਨਾਂ ਦਾ ਪੇਟ ਅਪਸੈਟ ਹੋ ਗਿਆ ਤੇ ਕਮਜ਼ੋਰੀ ਮਹਿਸੂਸ ਕਰਨ ਲੱਗ ਗਏ, ਜਿਹਦੇ ਕਰਕੇ ਉਹ ਹਸਪਤਾਲ 'ਚ ਲੁਧਿਆਣਾ 'ਚ ਦਾਖਲ ਨੇ। ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਖਤਰੇ ਅਧੀਨ ਨੇ, ਬਿਲਕੁਲ ਖਤਰੇ ਤੋਂ ਬਾਹਰ ਨੇ। ਡਾਕਟਰ ਨੇ ਵੀ ਅੱਜ ਦੱਸਿਆ, ਔਰ ਉਹਨਾਂ ਦੀ ਜੀਵਨ ਸਾਥਣ ਨਾਲ ਮੇਰੀ ਗੱਲ ਹੋਈ ਹੈ ਜਾਂ ਹੁਣ ਤੋਂ ਘੰਟਾ ਕੁ ਪਹਿਲਾਂ, ਉਹਨਾਂ ਨੇ ਇਹ ਗੱਲ ਕਹੀ ਕਿ ਨਿਸ਼ਚਿੰਤ ਹੋਵੋ, ਬਿਲਕੁਲ ਠੀਕ ਠਾਕ ਨੇ ਔਰ ਅੰਡਰ ਪ੍ਰੋਪਰ ਕਿਓਰ ਮੈਡੀਕਲ ਕੇਅਰ ਦੇ ਥੱਲੇ ਨੇ ਉਹ, ਔਰ ਲੁਧਿਆਣਾ ਦਾ ਬੜਾ ਨੋਨ ਹਸਪਤਾਲ ਹੈ ਦੀਪ ਨਰਸਿੰਗ ਹੋਮ ਜਿਹਦੇ 'ਚ ਦਾਖਲ ਨੇ। ਇਸ ਕਰਕੇ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਹੈਗੀ। ਉਹਨਾਂ ਦੇ ਭਾਈ ਸਾਹਿਬ ਜਿਹੜੇ ਇਸ ਵਕਤ ਤੁਹਾਡੇ ਇੱਥੇ ਰਹਿੰਦੇ ਨੇ, ਕੈਨੇਡਾ ਦੇ ਵਿੱਚ ਕੀਰਤਨ ਕਰਦੇ ਨੇ ਆਪਣੇ ਸਸਕਾਟੂਨ ਦੇ ਵਿੱਚ, ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ, ਉਹਨਾਂ ਨੇ ਵੀ ਫੇਸਬੁੱਕ ਤੇ ਸੁਨੇਹਾ ਪਾਇਆ ਕਿ ਭਾਈ ਸਾਹਿਬ ਖਤਰੇ ਅਧੀਨ ਨਹੀਂ ਹਨ, ਬਿਲਕੁਲ ਇਸ ਕਿਸਮ ਦੀ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ, ਬਿਲਕੁਲ ਸਿਹਤਯਾਬ ਹੋ ਕੇ 2-3 ਦਿਨਾਂ ਦੇ ਵਿੱਚ ਹੀ ਉਹ ਆਪਣੇ ਪਰਿਵਾਰ ਦੇ ਜੀਆਂ ਸ਼ਾਮਲ ਹੋਣਗੇ। ਬਾਕੀ ਕੋਰੋਨਾ ਵਾਇਰਸ ਤੋਂ ਉਹ ਮੁਕਤ ਲਗਭਗ ਹੋ ਚੁੱਕੇ ਨੇ, ਇਸ ਕਰਕੇ ਇਹ ਫਿਕਰਮੰਦੀ ਜਾਂ ਫੇਫੜਿਆਂ ਵਾਲੀ ਗੱਲ ਜਿਹੜੀ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਈ ਹੈ, ਉਹ ਗੱਲ ਅਫਵਾਹ ਵਰਗੀ ਮੰਨੀ ਜਾਵੇ, ਉਹਦਾ ਕੋਈ ਸੰਬੰਧ ਇਸ ਗੱਲ ਨਾਲ ਨਹੀਂ ਹੈਗਾ। ਉਹ ਗੁਰੂਆਂ ਦੀ ਕਿਰਪਾ ਸਦਕਾ ਬਿਲਕੁਲ ਸਿਹਤਯਾਬ ਹੋ ਕੇ ਜਲਦੀ ਸਾਡੇ ਅੰਗ ਸੰਗ ਹੋਣਗੇ। ਇਹੀ ਗੱਲ ਉਹਨਾਂ ਦੇ ਸਹਿਯੋਗੀ ਜਿਹੜੇ ਦੋਸਤ ਮਿੱਤਰ ਪਰਮਜੀਤ ਸਿੰਘ ਖਾਲਸਾ ਔਰ ਜਪਿੰਦਰਪਾਲ ਸਿੰਘ ਹੋਰਾਂ ਨੇ ਵੀ ਅਰਦਾਸ ਕਰਦਿਆਂ ਇਹ ਗੱਲ ਆਖੀ ਹੈ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਨਾ ਕਰੋ, ਸਗੋਂ ਉਹਨਾਂ ਵਾਸਤੇ ਅਰਦਾਸ ਕਰੋ। ਔਰ ਮੈਂ ਵੀ ਉਹਨਾਂ ਦੇ ਸਿਹਤਯਾਬੀ ਦੇ ਵਾਸਤੇ ਅਰਦਾਸ ਕਰਦਾ ਹੋਇਆ ਦੁਨੀਆ ਭਰ ਦੇ ਵਾਸਤੇ ਪੰਜਾਬੀਆਂ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਾਂਗਾ ਕਿ ਕਿਸੇ ਵੀ ਕਸ਼ਟ ਦੀ ਘੜੀ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਥੋੜ੍ਹਾ ਜਿਹਾ ਸਮਝਾਇਆ ਕਰੋ ਕਿ ਭਾਈ
ਇੱਕੀ ਸੂਚਨਾ ਨਾ ਪਰੋਸਿਆ ਕਰੋ। ਪਤਾ ਲੱਗਿਆ ਕਿ ਟੀਵੀ ਚੈਨਲ ਨੇ ਖਬਰ ਵੀ ਚਲਾਤੀ ਕਿ ਬਹੁਤ ਸੀਰੀਅਸ ਨੇ ਜੀ, ਬਹੁਤ ਗੰਭੀਰ ਨੇ, ਜਦਕਿ ਉਹ ਆਪ ਉਹਨਾਂ ਨੇ ਅੱਜ ਇੱਕ ਵੀਡੀਓ ਪਾਈ ਜਿਹੜਾ ਉਹਨਾਂ ਦੇ ਬੇਟੇ ਜਸਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਅੱਗੋਂ ਸ਼ੇਅਰ ਕੀਤੀ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਉਹਦੀ ਕਾਪੀ ਮਿਲ ਗਈ ਤਾਂ ਮੈਂ ਆਪਣੇ ਚੈਨਲ ਤੇ ਵੀ ਭੇਜਾਂਗਾ ਤਾਂ ਕਿ ਤੁਸੀਂ ਵੀ ਉਸ ਨੂੰ ਸ਼ੇਅਰ ਕਰ ਸਕੋ। ਸੋ ਇਸ ਕਰਕੇ ਉਹਨਾਂ ਦੀ ਸਿਹਤਯਾਬੀ ਵਾਸਤੇ ਮੈਂ ਦੁਆਗੋ। ਬਾਕੀ ਹਿੰਦੀ ਜ਼ਬਾਨ ਦੇ ਬਹੁਤ ਵੱਡੇ ਸ਼ਾਇਰ ਸਨ ਮੰਗਲੇਸ਼ ਡਬਰਾਲ, ਉਹਨਾਂ ਦੀ ਕੱਲ੍ਹ ਦਿੱਲੀ ਦੇ ਵਿੱਚ ਮੌਤ ਹੋ ਗਈ ਹੈ। ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਸੀ। ਉਹਨਾਂ ਨੂੰ ਕਰੋਨਾ ਨੇ ਜ਼ਰੂਰ ਤੰਗ ਕੀਤਾ ਔਰ ਕਰੋਨਾ ਕਾਰਨ ਹੀ ਉਹਨਾਂ ਦੀ ਮੌਤ ਹੋਈ, ਜਿਵੇਂ ਕਿਸੇ ਵਕਤ ਸਾਡੇ ਰਾਹਤ ਦਵਰੀ ਸਾਹਿਬ ਦੀ ਹੋਈ ਸੀ। ਸਾਡੇ ਦੋਵੇਂ ਬਹੁਤ ਵੱਡੇ ਸ਼ਾਇਰ ਸੀ, ਰਾਹਤ ਦਵਰੀ ਸਾਹਿਬ ਵੀ ਔਰ ਮੰਗਲੇਸ਼ ਡਬਰਾਲ ਵੀ। ਲਗਭਗ ਪਿਛਲੇ 30-35 ਸਾਲ ਤੋਂ ਉਹਨਾਂ ਦਾ ਪੰਜਾਬ 'ਚ ਆਉਣ ਜਾਣ ਸੀ ਔਰ ਪੰਜਾਬੀ ਕਵਿਤਾ ਦੇ ਵਿੱਚ ਵੀ ਉਹਨਾਂ ਦਾ ਬੜਾ ਦਿਲਚਸਪੀ ਸੀ। ਉਹ ਹਿੰਦੀ 'ਚ ਵੀ ਬਹੁਤ ਸਾਰੀਆਂ ਕਵਿਤਾਵਾਂ ਪੰਜਾਬੀ ਨਾਲ ਅਨੁਵਾਦ ਕਰਦੇ ਸੀ ਖੁਦ, ਪਰ ਉਹਨਾਂ ਦੀ ਲਗਭਗ ਸਾਰੀ ਸ਼ਾਇਰੀ ਜਿਹੜੀ ਪੰਜਾਬੀ ਦੇ ਵਿੱਚ ਵੀ ਪਿਛਲੇ 30-35 ਸਾਲ ਤੋਂ ਲਗਾਤਾਰ ਪਹਿਲਾਂ ਅਮਰਜੀਤ ਚੰਦਰ ਨੂੰ ਵੀ ਕਰਦੇ ਰਹੇ, ਫਿਰ ਹੋਰ ਸ਼ਾਇਰ ਕਰਦੇ ਰਹੇ ਔਰ ਉਹਨਾਂ ਦੇ ਜਾਣ ਤੇ ਅਮਰੀਕਾ ਤੋਂ ਮੈਨੂੰ ਸਵੇਰੇ ਮੈਸੇਜ ਆਇਆ ਸਾਡੇ ਸ਼ਾਇਰ ਨੇ ਬਹੁਤ ਵੱਡੇ ਸੁਖਵਿੰਦਰ ਕੰਬੋਜ, ਉਹਨਾਂ ਨੇ ਆਖਿਆ ਕਿ ਮੇਰਾ ਦੋਸਤ ਸੀ, ਮੈਨੂੰ ਬਹੁਤ ਉਹਦੇ ਜਾਣ ਤੇ ਪਛਤਾਵਾ ਹੋਇਆ ਔਰ ਹੋਰ ਲੋਕਾਂ ਨੇ ਵੀ ਉਹਨਾਂ ਦੇ ਜਾਣ ਤੇ ਬਹੁਤ ਅਫਸੋਸ ਪ੍ਰਗਟ ਕੀਤਾ। ਸੋ ਇਹ ਬਾਕੀ ਇੱਕ ਲਾਸਟ ਕਰੋਨਾ ਬਾਰੇ ਜਾਣਕਾਰੀ ਦੇ ਰਿਹਾ ਕਿ ਪੰਜਾਬ 'ਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਕਾਰਨ 24 ਮੌਤਾਂ ਹੋਈਆਂ ਨੇ ਜੀ ਔਰ 635 ਨਵੇਂ ਕੇਸ ਆਏ ਨੇ ਔਰ ਇਹ ਅੱਜ ਦਾ ਅਪਡੇਟ ਸੀ। ਠੀਕ ਹੈ ਜੀ ਗਿੱਲ ਸਾਹਿਬ, ਹੁਣ ਆਪਣੇ ਦਰਸ਼ਕਾਂ ਤੋਂ ਆਪਾਂ ਅੱਗੇ ਲੈਂਦੇ ਹਾਂ ਜੀ, ਸਾਰੇ ਹੀ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। Thank you.